ਹਾਜ਼ਰਾਂ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਮੈਂ ਜਗਤਾਰ ਸਿੰਘ ਜੱਗੀ ਸਭ ਦਾ ਬਹੁਤ ਬਹੁਤ ਧੰਨਵਾਦ ਅਤੇ ਨਾਲ ਬੇਨਤੀ ਕਰਦਾ ਮੈਂ ਹੁਣ ਜਿਹੜਾ ਵੀ ਕੋਈ ਸਵਾਲ ਤੁਸੀਂ ਕਾਲ ਕਰਨੀ ਆ ਅਤੇ ਉਹ ਡਾਕਟਰ ਸਾਹਿਬ ਨਾਲ ਆਪਾਂ ਗੱਲ ਕਰਾਂਗੇ। ਡਾਕਟਰ ਨਵਦੀਪ ਸ਼ਰਮਾ, ਜਿਵੇਂ ਮੈਂ ਡਾਕਟਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਦੱਸਿਆ ਸੀਗਾ ਕਿ ਸਾਡੇ ਨਾਲ ਹੁਣ ਪ੍ਰੋਗਰਾਮ ਦੇ ਬਾਕੀ ਸਾਰੇ ਹਿੱਸੇ ਦੇ ਵਿੱਚ ਉਹ ਸਾਡੇ ਨਾਲ ਰਹਿਣਗੇ। ਉਹਨਾਂ ਦਾ ਨੰਬਰ ਜਿਹੜਾ ਉਹ ਸਕਰੀਨ 'ਤੇ ਆ ਰਿਹਾ ਹੋਏਗਾ, ਨੋਟ ਕਰ ਲਿਓ। ਲੰਬੀ ਗੱਲ ਕਰਨੀ ਹੈ ਤਾਂ ਉਹਨਾਂ ਨੂੰ ਉਸ ਨੰਬਰ 'ਤੇ ਕਾਲ ਕਰ ਲਿਓ ਅਤੇ ਬਾਕੀ ਕੋਈ ਛੋਟਾ ਮੋਟਾ ਸਵਾਲ ਜਿੱਦਾਂ ਹੁੰਦਾ ਆਪਣਾ ਕੋਈ ਆਮ ਸਰੀਰ ਨਾਲ ਸੰਬੰਧਿਤ, ਕੋਈ ਵੀ ਬਿਮਾਰੀ, ਕੋਈ ਸਮੱਸਿਆ, ਕੋਈ ਦਿਮਾਗੀ ਤੌਰ 'ਤੇ, ਤਾਂ ਉਹ ਆਪਾਂ ਸਾਰੀ ਗੱਲ ਜਿਹੜੀ ਡਾਕਟਰ ਸਾਹਿਬ ਨਾਲ ਇੱਥੇ ਕਰ ਸਕਦੇ ਹਾਂ। ਜੁੜਦੇ ਹਾਂ ਡਾਕਟਰ ਨਵਦੀਪ ਸ਼ਰਮਾ ਜੀ, ਜੋ ਕਿ PhD ਕੀਤੀ ਹੋਈ ਉਹਨਾਂ ਨੇ। ਬਹੁਤ ਘੱਟ ਲੋਕ ਐਸੇ ਹੁੰਦੇ ਆ ਜਿਹੜੇ ਬਹੁਤ ਜ਼ਿਆਦਾ ਪੜ੍ਹ ਲਿਖ ਕੇ ਇਸ ਲਾਈਨ ਦੇ ਵਿੱਚ ਆਉਂਦੇ ਨੇ। ਬਕਾਇਦਾ ਕਾਲਜ ਨੇ ਇਹਨਾਂ ਦੇ, ਆਪਣੇ ਕਾਲਜ ਨੇ, ਔਰ ਬਕਾਇਦਾ ਹੋਸਪਿਟਲ ਨੇ। ਬਹੁਤ ਤੁਸੀਂ ਦੇਖਦੇ ਰਹਿੰਦੇ ਹੋ ਸਾਡੇ ਚੈਨਲ ਦੇ ਉੱਪਰ, ਅਸੀਂ ਇਹਨਾਂ ਦੇ ਉੱਥੇ ਜਾ ਕੇ ਬਕਾਇਦਾ ਜਿੱਥੇ ਇਹਨਾਂ ਦੇ ਕਾਲਜ ਨੇ ਸਾਰੀਆਂ ਸ਼ੂਟਿੰਗ ਕਰਕੇ ਤੁਹਾਡੇ ਰੂਬਰੂ ਕਰਦੇ ਹਾਂ ਅਤੇ ਅੱਜ ਉਹਨਾਂ ਨਾਲ ਗੱਲ ਕਰਦੇ, ਜਾਣਦੇ ਉਹਨਾਂ ਕੋਲ ਸਾਡੀ ਸਿਹਤ ਬਾਰੇ। ਜੀ ਡਾਕਟਰ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਅਤੇ ਧੰਨਵਾਦ। ਜੱਗੀ ਜੀ ਸਤਿ ਸ਼੍ਰੀ ਅਕਾਲ, ਜਸ ਪੰਜਾਬੀ ਦੇ ਸਾਰੇ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਡਾਕਟਰ ਸਾਹਿਬ, ਪਹਿਲਾਂ ਕੀ ਹਾਲ ਚਾਲ ਹੈ ਜੀ ਪੰਜਾਬ ਦਾ ਅੱਜ ਕੱਲ੍ਹ? ਹੁਣ ਤਾਂ ਮਾਲਕ ਦੀ ਦਇਆ ਜੀ, ਹੁਣ ਕੇਸਿਸ ਜਿਹੜੇ ਨੇ ਕਾਫੀ ਘੱਟ ਗਏ ਨੇ, ਚੀਜ਼ਾਂ ਖੁੱਲ ਗਈਆਂ ਨੇ, ਕਾਫੀ ਲੋਕ ਆਪਣੇ ਤੇ ਘੁੰਮਣ ਚਲੇ ਗਏ ਨੇ, ਹਿਮਾਚਲ ਵੱਲੋਂ ਨਿਕਲ ਗਏ ਨੇ, ਜਿਹੜਾ ਅਸੀਂ ਦੇਸ਼ ਤੇ ਬੰਦ ਸੀ ਹੁਣ ਥੋੜਾ ਰਿਲੈਕਸ ਕਰ ਰਹੇ ਨੇ, ਵੈਕਸੀਨੇਸ਼ਨ ਵੀ ਬੈਟਰ ਆ। ਅੱਛਾ ਜੀ, ਉਹ ਤਾਂ ਖਬਰ ਤਾਂ ਇਹ ਆ ਰਹੀ ਹੈ ਜੀ ਵੈਕਸੀਨ ਦੇ ਮਾਮਲੇ ਵਿੱਚ ਭਾਰਤ ਨੰਬਰ 1, ਜਦਕਿ ਉੱਥੇ ਡਬਲ ਡਿਜਿਟ ਦੇ ਵਿੱਚ ਨਹੀਂ ਪਹੁੰਚੀ ਹਜੇ ਵੈਕਸੀਨ ਲੋਕਾਂ ਨੂੰ ਲੱਗਣੀ। ਅਮਰੀਕਾ ਤਾਂ 80% ਦੇ ਕਰੀਬ, ਕੈਲੀਫੋਰਨੀਆ 80% ਦੇ ਕਰੀਬ ਹੋ ਗਏ ਨੇ ਡਬਲ ਡੋਜ਼ ਵਾਲੇ ਵੀ। ਨਹੀਂ ਹੁਣ ਜਿਹੜਾ ਵਾ ਸਪੀਡ ਪਕੜੀ ਇਹਨਾਂ ਨੇ ਜੀ, ਉਮੀਦ ਹੈ ਕਿ ਜਲਦੀ ਹੀ ਜਿਹੜੀ ਆ ਲੱਗ ਜਾਏਗੀ ਵੈਕਸੀਨ ਜੀ। ਅੱਛਾ, ਸਾਨੂੰ ਮੈਂ ਆਹ ਗਿਆ ਸੀ ਕਿਤੇ ਵੀਕਐਂਡ 'ਤੇ, ਤਾਂ ਸਾਡੇ ਦੋ ਤਿੰਨ ਲੋਕਾਂ ਨੇ ਮਤਲਬ ਸਵਾਲ ਪੁੱਛੇ ਸੀ ਡਾਕਟਰ ਨੂੰ, ਪੁੱਛੋ। ਮੈਂ ਕਿਹਾ ਤੁਸੀਂ ਕਾਲ ਕਰਕੇ ਪੁੱਛ ਲਓ, ਕਹਿੰਦੇ ਕਾਲ ਲੱਗਦੀ ਨਹੀਂ ਕਈ ਵਾਰੀ ਜਾਂ ਮਤਲਬ ਹੁੰਦੀ ਨਹੀਂ। ਇੱਕ ਗੁਰਮੀਤ ਸਿੰਘ ਹੈਗੇ ਨੇ, ਉਹ ਕਹਿੰਦੇ ਵੀ ਉਹ ਉਹਨਾਂ ਦੇ ਪਾਣੀ ਨਹੀਂ ਅੱਖਾਂ 'ਚ ਆਉਣ ਹਟਦਾ, ਡਰਾਈਵ ਨਹੀਂ ਕਰ ਸਕਦੇ, ਵੀ ਮੈਨੂੰ ਪੁੱਛ ਕੇ ਦੱਸਿਓ ਡਾਕਟਰ ਸਾਹਿਬ ਨੂੰ। ਦੇਖੋ ਜਦੋਂ ਆਪਾਂ, ਇੱਕ ਤਾਂ ਪਹਿਲਾਂ ਜਿਹੜੀ ਕਾਲ ਹੈ 24/7 ਨੰਬਰ ਹੈ, ਔਰ ਕਦੀ ਵੀ ਸਾਡੇ ਕਿਸੇ ਪੇਸ਼ੈਂਟ ਨੂੰ ਲੱਗੇ ਕਿ ਔਨ ਦਾ ਸਪੋਟ ਆਨਸਰ ਨਹੀਂ, ਸਾਨੂੰ ਪ੍ਰੋਬਲਮ ਕੀ ਹੁੰਦੀ ਹੈ, ਕਈ ਵਾਰੀ ਕਾਲ ਜ਼ਿਆਦਾ ਹੁੰਦੀਆਂ ਨੇ, ਕਿਊ 'ਚ ਲੱਗ ਜਾਂਦੀਆਂ ਨੇ, ਉਹ ਜਦੋਂ ਆਪਾਂ ਬੈਕ ਕਾਲ ਕਰਦੇ ਹਾਂ ਫਿਰ ਉਸ ਕਾਲ ਦੇ ਉੱਤੇ ਵੋਇਸ ਮੇਲ 'ਤੇ ਚਲੇ ਜਾਂਦਾ ਵਾ, ਅਤੇ ਕਦੀ ਵੀ ਐਸਾ ਮੁਸ਼ਕਿਲ ਲੱਗੇ ਮੈਂ ਰਿਕੁਐਸਟ ਇਹੀ ਕਰਾਂਗਾ ਉਸ ਕੇਸ 'ਚ ਤੁਸੀਂ ਵਟਸਐਪ ਮੈਸੇਜ ਛੱਡ ਦਿਓ ਸਾਡੇ ਵਾਸਤੇ ਜਾਂ ਈਮੇਲ ਕਰ ਦਿਓ, ਅਤੇ ਇੱਕ ਨੰਬਰ ਐਸਾ ਜਿਹਦੇ 'ਤੇ ਟਾਈਮ ਨਾਲ ਜ਼ਰੂਰ ਮੈਨਸ਼ਨ ਕਰੋ ਕਿ ਆਪਾਂ ਕਿਸ ਵੇਲੇ ਜਿਹੜਾ ਵਾ ਤੁਹਾਨੂੰ ਕਾਲ ਬੈਕ ਕਰੀਏ। ਇਹ ਵੀ ਹੋ ਸਕਦਾ ਕਿ ਤੁਹਾਨੂੰ ਜਦੋਂ ਕਾਲ ਬੈਕ ਆਪਾਂ ਕਰੀਏ ਤੇ ਉਹ ਤੁਹਾਡੇ ਵਾਸਤੇ ਇਨਕਨਵੀਨੀਅੰਟ ਟਾਈਮ ਹੋਏ, ਤੁਸੀਂ ਨਾਲ ਟਾਈਮ ਜ਼ਰੂਰ ਮੈਂਸ਼ਨ ਕਰੋ ਕਿ ਕਿਸ ਵੇਲੇ ਬੈਕ ਕਾਲ ਕੀਤੀ ਜਾਏ। ਔਰ ਅੱਖਾਂ 'ਚ ਪਾਣੀ ਵਗਣ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਗਰਮੀ ਦੇ ਵਧਣ ਨਾਲ, ਪਿੱਤ ਦੇ ਵਧਣ ਨਾਲ, ਜਿਹੜਾ ਕੰਜੈਕਟਿਵ ਆ ਏਰੀਆ ਸਾਡਾ ਅੱਖ ਦਾ, ਉਹ ਜਦੋਂ ਇਨਫਲੇਮ ਹੋ ਜਾਂਦਾ ਵੈ ਤੇ ਅੱਖਾਂ 'ਚੋਂ ਪਾਣੀ ਵਗਦਾ ਰਹਿੰਦਾ ਹੈ। ਇਹਦੇ ਵਾਸਤੇ ਬਹੁਤ ਵਧੀਆ ਚੀਜ਼ ਹੈ, ਗੁਲਾਬ ਦੀ ਪੰਖੜੀਆਂ ਲਾਓ, ਦੇਸੀ ਗੁਲਾਬ ਦੀਆਂ, ਰਾਤੀ ਉਹਨਾਂ ਨੂੰ ਤੁਸੀਂ ਪਾਣੀ 'ਚ ਭਿਉਂ ਦਵੋ, ਉਹਦੇ ਨਾਲ ਜਿਹੜਾ ਉਹਦਾ ਪਾਣੀ ਹੈ ਤੁਸੀਂ ਅੱਖਾਂ 'ਚ ਛਿੱਕੇ ਮਾਰੋ। ਤ੍ਰਿਫਲਾ, ਆਂਵਲਾ, ਹਰੜ ਤੇ ਬਿਹੜਾ, ਇਹਦਾ ਕੰਬੀਨੇਸ਼ਨ ਆਮ ਅਵੇਲੇਬਲ ਹੈ, ਇਹਦਾ ਕਾੜਾ ਬਣਾ ਕੇ ਉਹਦੇ ਨਾਲ ਵੀ ਤੁਸੀਂ ਆਪਣੀ ਅੱਖਾਂ ਜਿਹੜੀਆਂ ਹੈ ਉਹ ਸਾਫ਼ ਕਰ ਸਕਦੇ ਹੋ। ਤ੍ਰਿਫਲਾ ਖਾਣ ਦਾ ਵੀ ਇਹਦੇ 'ਚ ਬਹੁਤ ਫਾਇਦਾ ਹੈ, ਅਤੇ ਗੁਲਾਬ ਦੀ ਪੰਖੜੀਆਂ ਖਾਣ ਦਾ ਵੀ ਬਹੁਤ ਫਾਇਦਾ ਹੈ, ਅਤੇ ਸੌਂਫ ਖਾਣ ਦਾ ਵੀ ਇਹਦੇ 'ਚ ਬਹੁਤ ਫਾਇਦਾ ਹੈ। ਅਗਰ ਲੱਗੇ ਕਿ ਪ੍ਰੋਬਲਮ ਬਹੁਤ ਤੰਗ ਕਰ ਰਹੀ ਹੈ, ਫਿਰ ਸੁੱਚਾ ਮੋਤੀ, ਸੁੱਚੇ ਮੋਤੀ ਦੀ ਪਿਸ਼ਤੀ ਜਿਹਨੂੰ ਕਹਿੰਦੇ ਆ ਮੁਕਤਾ ਪਿਸ਼ਤੀ, ਇਹਦੇ 'ਚ ਵਧੀਆ ਕੰਮ ਕਰੇ ਜੀ। ਬਿਲਕੁਲ, ਅਤੇ ਗੁਲਾਬ ਪੱਤੀਆਂ ਦੀ ਤੁਸੀਂ ਗੱਲ ਕੀਤੀ ਹੈ, ਅਤੇ ਗੁਲਾਬ ਦਾ ਜਲ ਜਿਹੜਾ ਹੈਗਾ ਜੀ, ਉਹ ਵੀ ਕੰਮ ਆ ਸਕਦਾ? ਬਿਲਕੁਲ ਜੀ, ਬਿਲਕੁਲ ਬਹੁਤ ਫਾਇਦਾ ਕਰਦਾ, ਲੇਕਿਨ ਬਣਿਆ ਘਰ 'ਚ ਹੋਏ, ਆਪਾਂ ਉਹਨੂੰ ਮਤਲਬ ਕਿਤੋਂ ਲਿੱਤਾ ਨਾ ਹੋਏ, ਆਪ ਆਪਾਂ ਪੰਖੜੀਆਂ ਜਿਹੜੀਆਂ ਨੇ ਉਹ ਪਾਈਆਂ ਹੋਣ ਜੀ। ਜੀ, ਅਤੇ ਚਲੋ ਬਹੁਤ ਤੁਹਾਡਾ ਧੰਨਵਾਦ, ਅਤੇ ਹੋਰ ਗੱਲਬਾਤ ਨਾਲ ਆਪਣੀਆਂ ਗੱਲਾਂ 'ਚੋਂ ਨਿਕਲ ਹੀ ਆਉਣਗੀਆਂ। ਅਤੇ ਇੱਕ ਸਾਡੇ ਕੇਸ ਹੈਗਾ, ਇਹ ਮੇਰੇ ਖਿਆਲ ਵਿਸ਼ਾ ਵੀ ਆਪਾਂ ਅੱਜ ਦਾ ਰੱਖ ਲਈਏ, ਉਹ ਵੀ ਬਹੁਤ ਵੱਡੀ ਸਮੱਸਿਆ ਅੱਜ ਦੇ ਸਮੇਂ ਦੀ ਹੈਗੀ ਆ, ਔਰ ਬਹੁਤ ਸਾਰੇ ਲੋਕਾਂ ਕੋਲ, ਆਪਾਂ ਯੰਗ ਲੋਕਾਂ ਕੋਲ ਵੀ ਦੇਖੇ ਨੇ ਉਹ ਪੰਪ ਜਿਹੜੇ ਹੁੰਦੇ ਨੇ ਸਾਹ ਵਾਲੇ, ਕੀ ਆਸਥਮਾ ਕਹਿੰਦੇ ਜੀ ਆਪਾਂ ਨੂੰ? ਬਿਲਕੁਲ ਜੀ, ਬਿਲਕੁਲ, ਆਸਥਮਾ, ਦਮਾ, ਹਾਂ, ਦਮੇ ਦੀ ਆਪਣੀ ਜਿਹੜੀ ਉਹ ਪ੍ਰੋਬਲਮ ਕਾਫੀ ਹੱਦ ਤੱਕ ਹੋ ਰਹੀ ਹੈ ਲੋਕਾਂ ਨੂੰ, ਆਪਣੀ ਕਮਿਊਨਿਟੀ ਨੂੰ ਕਹਿ ਲਓ ਜੀ। ਬਿਲਕੁਲ ਜੀ, ਦੇਖੋ ਆਪਾਂ ਜਦੋਂ ਆਸਥਮਾ ਦੀ ਗੱਲ ਕਰਦੇ ਹਾਂ, ਦਮੇ ਦੀ ਗੱਲ ਕਰਦੇ ਹਾਂ, ਅਗਰ ਆਪਾਂ ਪਿਛਲੇ 10-ਕੁ ਸਾਲਾਂ 'ਚ ਗੱਲ ਹੀ ਕਰੀਏ ਤੇ ਕਾਫੀ ਕੇਸਿਸ ਉਹਦੇ ਵਧੇ ਨੇ ਜੀ। ਔਰ ਹੁੰਦਾ ਕੀ ਹੈ, ਸਭ ਤੋਂ ਮਾੜੀ ਚੀਜ਼ ਜਿਹੜੀ ਦਮੇ 'ਚ ਹੁੰਦੀ ਹੈ, ਹੁੰਦੀ ਹੈ ਕਿ ਸਟੀਰੋਇਡਸ, ਐਲੋਪੈਥੀ ਦੇ ਅੰਦਰ ਦਮੇ ਦੇ ਕੇਸ 'ਚ ਜਿਹੜੀ ਇਕਲੌਤੀ ਮੇਜਰ ਦਵਾਈ ਕੰਮ ਕਰਦੀ ਉਹ ਸਟੀਰੋਇਡਸ ਕਰਦੀ ਹੈ। ਇਹ ਨਹੀਂ ਕਿ ਉਹ ਫਾਇਦਾ ਨਹੀਂ ਕਰਦੀ, ਮੰਨ ਲਓ ਅੱਜ ਕਿਸੇ ਨੂੰ ਐਸਥਮਾ ਦਾ ਅਟੈਕ ਆ ਰਿਹਾ ਵੈ, ਚਾਹੇ ਉਹ ਖਾਣ ਵਾਲੇ ਸਟੀਰੋਇਡ ਖਾਏ, ਚਾਹੇ ਉਹ ਸਟੀਰੋਇਡਸ ਦਾ ਪੰਪ ਯੂਜ਼ ਕਰੇ, ਫਾਇਦਾ ਤਾਂ ਮਿਲਦਾ, ਉਸ ਘੜੀ ਜਿਹੜਾ ਬੰਦਾ ਸੌਖਾ ਹੋ ਜਾਂਦਾ ਵੈ। ਲੇਕਿਨ ਜਦੋਂ ਰੂਟੀਨ 'ਚ ਉਹੀ ਚੀਜ਼ਾਂ ਚਲਾਈਆਂ ਜਾਂਦੀਆਂ ਨੇ, ਜੜੋਂ ਉਹ ਖਤਮ ਕਰ ਨਹੀਂ ਪਾਉਂਦੀਆਂ, ਔਰ ਉਹਨਾਂ ਦੇ ਸਾਈਡ ਇਫੈਕਟਸ ਬਹੁਤ ਜ਼ਿਆਦਾ। ਅੱਛਾ, ਵੈਸੇ ਕਰਕੇ ਅਗਰ ਆਪਾਂ ਨੈਚੁਰਲੀ ਹੀ ਦੇਖੋ, ਐਮਰਜੈਂਸੀ 'ਚ ਯੂਜ਼ ਕੀਤੀ ਗਈ ਐਲੋਪੈਥੀ ਇੱਕ ਜੀਵਨ ਦੇ ਵਾਸਤੇ ਵਰਦਾਨ ਹੈ ਜੀ, ਲੇਕਿਨ ਲੰਬੇ ਸਮੇਂ ਵਾਸਤੇ ਇਹ ਚੀਜ਼ ਖਾਈ ਜਾਵੇ
कि ਇਹ ਖਾ ਖਾ ਕੇ ਆਪੇ ਹੀ ਠੀਕ ਹੋ ਜਾਏਗਾ ਉਹ ਗਲਤ ਹੈ। ਇਸ ਕਰਕੇ ਦਮੇ ਨੂੰ ਆਯੁਰਵੇਦ ਦੇ ਨਾਲ ਭਜਾਇਆ ਜਾ ਸਕਦਾ, ਜੜੋਂ ਖਤਮ ਕੀਤਾ ਜਾ ਸਕਦਾ। ਖਾਸ ਤੌਰ ਤੇ ਜਿਹੜੇ ਬੱਚੇ ਆਉਂਦੇ ਨੇ ਸਾਡੇ ਕੋਲ, ਬੱਚੇ ਜਿਹੜੇ ਨੇ ਉਹਨਾਂ ਦੇ ਕੇਸ, ਛੋਟੇ ਛੋਟੇ ਬੱਚਿਆਂ ਦੇ ਕੇਸ ਜਦੋਂ ਆਪਾਂ ਦੇਖਦੇ ਹਾਂ ਕਿ ਵਿਚਾਰੇ ਇਨਹੇਲਰ ਸਾਹਮਣਾ ਨਹੀਂ ਆਉਂਦਾ ਹੁੰਦਾ ਲਈ ਉਹਨਾਂ ਨੂੰ, ਤੇ ਇਨਹੇਲਰ ਲੈ ਰਹੇ ਹੁੰਦੇ ਨੇ, ਉਹ ਦੁੱਖ ਹੁੰਦਾ ਦੇਖ ਕੇ ਉਦੋਂ। ਤੇ ਮੈਂ ਕਿਉਂਕਿ ਸ਼ੁਰੂਆਤ ਚ ਆਪਣੇ ਕਰੀਅਰ ਦੇ ਕਾਫੀ ਸਕੂਲ ਨਾਲ ਐਸੋਸੀਏਟਿਡ ਰਿਹਾ, ਡੀਏਵੀ ਸੰਸਥਾਵਾਂ ਨਾਲ ਐਸੋਸੀਏਟਿਡ ਰਿਹਾ ਐਜ਼ ਅ ਡਾਕਟਰ, ਤੇ ਸ਼ੁਰੂਆਤ ਉੱਤੋਂ ਹੀ ਕਿ ਉੱਥੇ ਜਦੋਂ ਬੱਚੇ ਮੇਰੇ ਕੋਲ ਆਉਂਦੇ ਸੀ ਪੇਰੈਂਟ ਟੀਚਰ ਮੀਟਿੰਗ ਤੇ, ਅਕਸਰ ਉਹਨਾਂ ਨੇ ਮੈਨੂੰ ਕਹਿਣਾ ਜੀ ਇਹ ਬੱਚੇ ਨੂੰ ਨਾ ਪੰਪ ਲੱਗ ਗਿਆ ਸਾਡੇ, ਇਹ ਛੁੱਟ ਜਾਏਗਾ। ਹੁਣ ਉਦੋਂ ਅੱਜ ਤੋਂ ਮੈਂ ਅਗਰ 16-17 ਸਾਲ ਪਿੱਛੇ ਚਲੇ ਜਾਵਾਂ ਤੇ ਮੈਂ ਕੋਈ ਬੜੇ ਲੋਕਾਂ ਨੂੰ ਦਮੇ ਦੀ ਦਵਾਈ ਨਹੀਂ ਦਿੱਤੀ ਹੋਈ ਸੀ। ਅੱਛਾ। ਲੇਕਿਨ ਜਦੋਂ ਫਿਰ ਮੈਂ ਉਹਨਾਂ ਨਾਲ ਗ੍ਰੈਜੂਅਲੀ ਡਿਸਕਸ ਕਰਦਾ ਸੀ ਕਿ ਵੀ ਆਯੁਰਵੇਦ ਚ ਇਹ ਚੀਜ਼ਾਂ ਦਿੱਤੀਆਂ ਨੇ ਤੁਸੀਂ ਇਸਤੇਮਾਲ ਕਰ ਸਕਦੇ ਹੋ, ਉਹ ਇਸਤੇਮਾਲ ਕਰਦੇ ਸੀ ਫਾਇਦਾ ਮਿਲਦਾ ਸੀ, ਗ੍ਰੈਜੂਅਲੀ ਹੌਲੀ ਹੌਲੀ ਕਰਕੇ ਆਪਾਂ ਉਸ ਨਿਸ਼ਕਰਸ਼ ਤੇ ਆ ਗਏ ਕਿ ਵਾਕਈ ਅਗਰ ਆਯੁਰਵੇਦ ਇਸਤੇਮਾਲ ਕੀਤਾ ਜਾਏ ਤੇ ਚਾਹੇ ਉਹ ਰੋਟਾ ਹੇਲਰਸ ਨੇ, ਚਾਹੇ ਉਹ ਨੈਬੂਲਾਈਜ਼ਰ ਹੈ, ਚਾਹੇ ਉਹ ਜਿਹੜਾ ਵੈ ਉਹ ਦਮੇ ਦਾ ਨਾਰਮਲ ਜਿਹੜਾ ਇਨਹੇਲਰ ਹੈ, ਸਾਰੀਆਂ ਹੀ ਚੀਜ਼ਾਂ ਦੇ ਅੰਦਰ ਜਿਹੜਾ ਵੈ ਉਹ ਬੰਦੇ ਨੂੰ ਫਾਇਦਾ ਮਿਲ ਸਕਦਾ। ਜੀ, ਤੇ ਇਹਦੀ ਸ਼ੁਰੂਆਤ ਕਿਵੇਂ ਹੁੰਦੀ ਡਾਕਟਰ ਸਾਹਿਬ, ਇਹਦੇ ਕਾਰਨ ਕੀ ਨੇ? ਆਮ ਤੌਰ 'ਤੇ ਦੇਖਿਆ ਇਹਦਾ ਕੋਈ ਖਾਸ ਕਾਰਨ ਹੈ, ਕੋਈ ਧੂੰਏ 'ਚ ਰਹਿਣ ਵਾਲੇ ਬੰਦਿਆਂ ਨੂੰ ਪ੍ਰੋਬਲਮ ਆਉਂਦੀ ਹੈ ਜਾਂ ਕੀ ਹੈ, ਜਾਂ ਸਿਗਰਟਾਂ ਵਗੈਰਾ ਜ਼ਿਆਦਾ ਪੀਣ ਵਾਲਾ? ਪਰ ਆਪਾਂ ਬੱਚੇ ਸਿਗਰਟਾਂ ਨਹੀਂ ਪੀਂਦੇ, ਲੇਡੀ ਸਿਗਰਟਾਂ ਨਹੀਂ ਪੀਂਦੀਆਂ ਹੈਗੀਆਂ? ਦੇਖੀ, ਬੇਸਿਕਲੀ ਹੁੰਦਾ ਕੀ ਹੈ ਕਿ ਸਾਡੀ ਕਾਮਨ, ਸਭ ਤੋਂ ਕਾਮਨ ਹੈ ਐਲਰਜੀ ਦਾ ਇਸਤੇਮਾਲ। ਜੀ, ਹੁੰਦਾ ਕੀ ਹੈ ਕਿ ਕੋਈ ਵੀ ਬਾਹਰੋਂ ਆਉਣ ਵਾਲੇ ਐਲਰਜਨ ਦੇ ਨਾਲ ਜਦੋਂ ਐਲਰਜਨ ਬੋਡੀ ਤੇ ਆਉਂਦਾ ਹੋਇਆ ਇੱਕਦਮ ਇਨਫਲਾਮੇਟਰੀ ਐਕਸ਼ਨ ਸ਼ੁਰੂ ਹੋ ਜਾਂਦਾ ਲੰਗਸ ਦੇ ਅੰਦਰ, ਪ੍ਰੋਪਰ ਜਿਹੜਾ ਵਾ ਉਹ ਸਾਹ ਨਹੀਂ ਲੈ ਪੈਂਦੀਆਂ, ਖਿੱਚ ਨਹੀਂ ਪਾਉਂਦੀਆਂ ਪ੍ਰੋਪਰ ਏਅਰ ਨੂੰ ਅੰਦਰ। ਜੀ, ਤੇ ਫਿਰ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਜਦੋਂ ਸਾਹ ਨਹੀਂ ਖਿੱਚ ਪਾਉਂਦੀਆਂ ਪ੍ਰੋਪਰ, ਕਿਉਂਕਿ ਇਨਫਲੇਮਡ ਹੋ ਗਈਆਂ, ਸੁੱਜ ਗਈਆਂ, ਉਹਨਾਂ ਦੇ ਜਿਹੜੇ ਪੈਸੇਜਿਸ ਨੇ ਜਿਨ੍ਹਾਂ ਨੇ ਸਾਹ ਖਿੱਚਣਾ ਸੀ ਉਹ ਪੈਸੇ ਛੋਟੇ ਹੋ ਗਏ, ਤੇ ਇਮੀਡੀਏਟ ਬੇਸਿਸ ਤੇ ਹੁਣ ਸਾਹ ਤੇ ਸਾਨੂੰ ਹਰ ਸੈਕਿੰਡ ਚਾਹੀਦਾ, ਆਕਸੀਜਨ ਹਰ ਸੈਕਿੰਡ ਚਾਹੀਦੀ ਹੈ। ਜਦੋਂ ਉਹ ਸਪਲਾਈ ਘਟਦੀ ਹੈ ਤੇ ਜਿਸ ਤਰ੍ਹਾਂ ਆਪਾਂ ਉਹਨੇ ਪਿੱਛੇ ਦੇਖਿਆ ਕਿ ਕੋਵਿਡ ਦੇ ਪੇਸ਼ੈਂਟਸ ਅਗਰ ਆਕਸੀਜਨ ਨਹੀਂ ਸੀ ਮਿਲਦੀ ਤੇ ਕਿੰਨਾ ਮਾੜਾ ਹਾਲ ਹੁੰਦਾ ਸੀ ਉਹਨਾਂ ਦਾ। ਇਨ ਦਾ ਸੇਮ ਵੇ ਇੱਕ ਨਾਰਮਲ ਪੇਸ਼ੈਂਟ ਦੇ ਅੰਦਰ ਜਿਹਨੂੰ ਐਸਥਮਾ ਦਾ ਅਟੈਕ ਆ ਰਿਹਾ ਹੈ, ਜਦੋਂ ਐਲਰਜੀ ਹੋ ਗਈ ਉਹਨੂੰ ਬਾਹਰੋਂ ਕਿਸੇ ਚੀਜ਼ ਦੇ ਨਾਲ, ਇੱਕਦਮ ਇਨਫਲਾਮੇਸ਼ਨ ਹੋ ਗਈ, ਸਾਹ ਤੋਂ ਬਿਨਾਂ ਤੇ ਇਨਸਾਨ ਸਕਿੰਟਾਂ ਤੀਕਣ ਵੀ ਜਿਹੜਾ ਵੈ ਉਹ ਆਪਣੇ ਆਪ ਨੂੰ ਬਚਾ ਨਹੀਂ ਸਕਦਾ, ਔਖੇ ਸਾਹ ਲੈਂਦਾ ਵੈ ਬੰਦਾ, ਵੀਜ਼ਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਵੀਜ਼ਿੰਗ ਹੁੰਦੀ ਸੀਟੀਆਂ ਵੱਜਣੀਆਂ। ਐਸਥਮਾ ਦਾ ਪੱਕਾ ਸਾਈਨ ਕੀ ਹੈ? ਹੁਣ ਬੜੀ ਵਾਰੀ ਲੋਕੀ ਕਹਿੰਦੇ ਨੇ ਜੀ ਸਾਨੂੰ ਪਤਾ ਨਹੀਂ ਹੈ ਜੀ ਕਿਸੇ ਨੂੰ ਬ੍ਰੌਂਕਾਈਟਿਸ ਹੈ ਕਿ ਐਸਥਮਾ ਹੈ, ਉਹਦਾ ਪੱਕਾ ਸਾਈਨ ਕੀ ਹੈ ਕਿ ਜਿਹੜਾ ਐਸਥਮਾ ਹੈ ਉਹਦੇ 'ਚ ਵੀਜ਼ਿੰਗ ਹੁੰਦੀ ਹੈ, ਸੀਟੀਆਂ ਵੱਜਦੀਆਂ ਨੇ ਜਦੋਂ ਬੰਦਾ ਲੰਬਾ ਸਾਹ ਲਵੇ ਤੇ, ਸ਼ਾਰਟਨੈਸ ਆਫ ਬ੍ਰੈਥ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਅਗਰ ਬੜਾ ਜ਼ਿਆਦਾ ਸਵੀਅਰ ਅਟੈਕ ਹੈ ਤੇ ਬੰਦੇ ਦੀਆਂ ਐਕਸਟ੍ਰੀਮਿਟੀਜ਼ ਜਿਹੜੀਆਂ ਨੇ ਲਿਪਸ ਜਿਹੜੇ ਨੇ ਉਹ ਨੀਲੇ ਵੀ ਪੈਣੇ ਸ਼ੁਰੂ ਹੋ ਸਕਦੇ ਨੇ। ਅੱਛਾ, ਉਸ ਸਟੇਜ ਦੇ ਉੱਪਰ ਜਿਹੜਾ ਹੈ ਐਮਰਜੈਂਸੀ, ਨੋ ਡਾਊਟ ਐਲੋਪੈਥੀ ਵਧੀਆ ਕੰਮ ਕਰਦੀ ਹੈ, ਬਟ ਐਟ ਦਾ ਸੇਮ ਟਾਈਮ ਆਯੁਰਵੇਦ ਵੀ ਐਮਰਜੈਂਸੀ 'ਚ ਵੀ ਕੰਮ ਕਰਦਾ ਵਾ। ਹੁਣ ਸਾਡੇ ਆਮ ਇੱਕ ਸੱਤ ਅਜਵਾਇਨ ਹੁੰਦਾ ਸੀ, ਕਪੂਰ, ਭੀਮ ਸੈਨੀ ਕਪੂਰ ਤੇ ਸੱਤ ਅਜਵਾਇਨ, ਅਗਰ ਆਪਾਂ ਇਹਨਾਂ ਦੋ ਚੀਜ਼ਾਂ ਨੂੰ ਘਰ 'ਚ ਰੱਖੀਏ, ਇਹਦੀਆਂ ਬੂੰਦਾਂ ਇਸਤੇਮਾਲ ਕਰੀਏ ਤੇ ਛੋਟਾ ਮੋਟਾ ਅਟੈਕ ਤੇ ਐਸਥਮਾ ਦਾ ਆਪਾਂ ਉਹਦੀ ਮਦਦ ਨਾਲ ਹੀ ਕਵਰ ਕਰ ਸਕਦੇ ਹਾਂ ਗਰਮ ਪਾਣੀ 'ਚ ਪਾ ਕੇ। ਅੱਛਾ ਜੀ। ਉਹ ਜਿਹੜਾ ਵਾ ਉਹ ਸਾਡੀ ਬ੍ਰੌਂਕਿਓਲਸ ਨੂੰ ਡਾਇਲੇਟ ਕਰਦਾ ਵਾ, ਮਕਸਦ ਤੇ ਇਹੀ ਹੈ ਕਿ ਬ੍ਰੌਂਕਿਓਲਸ ਡਾਇਲੇਟ ਹੋਣ, ਜਿਹੜਾ ਸਾਹ ਇੰਨਾ ਔਖਾ ਆ ਰਿਹਾ ਵਾ ਇੱਕ ਵਾਰੀ ਉਹ ਅਟੈਕ ਜਿਹੜਾ ਵਾ ਉਹ ਸਬਸਾਈਡ ਕਰ ਦੇ। ਜੀ ਜੀ, ਕਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ ਜੀ, ਕੀ ਸਵਾਲ ਪੁੱਛਣਾ ਚਾਹੁੰਦੇ ਡਾਕਟਰ ਸਾਹਿਬ ਨੂੰ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, 718 ਏਰੀਆ ਕੋਡ। ਹੈਲੋ ਹਾਂਜੀ ਹਾਂਜੀ, ਹੈਲੋ ਜੀ, ਤੁਸੀਂ ਬੋਲੋ, ਤੁਸੀਂ ਆਉਂਦੇ ਹੋ ਜੀ, ਆਪਣੇ ਜਗਦੀਪ ਸਿੰਘ ਨਾਮ ਆ ਰਿਹਾ ਫੋਨ ਤੇ, ਟੀਵੀ ਵੱਲ ਨਾ ਧਿਆਨ ਦਿਓ ਜੀ, ਤੁਹਾਡੀ ਪਹਿਲਾਂ ਵੀ ਕਾਲ ਮੇਰੇ ਖਿਆਲ ਆਈ ਸੀ ਤੇ ਫਿਰ ਕੱਟ ਗਈ, ਟੀਵੀ ਵੱਲ ਧਿਆਨ ਨਾ ਦਿਓ, ਫੋਨ ਵੱਲ ਧਿਆਨ ਦਿਓ। ਹੈਲੋ ਹਾਂਜੀ ਹਾਂਜੀ, ਟੀਵੀ ਦੀ ਆਵਾਜ਼ ਘੱਟ ਕਰਕੇ ਗੱਲ ਕਰੋ ਜੀ ਪਲੀਜ਼। ਹਾਂਜੀ, ਮੈਂ ਨਾ ਨਿਊਯਾਰਕ ਤੋਂ ਬੋਲਦੀ ਆ। ਹਾਂਜੀ ਹਾਂਜੀ, ਮੈਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਆ। ਹਾਂਜੀ ਜੀ, ਤੁਸੀਂ ਸਵਾਲ ਕਰੋ ਆਪਣਾ, ਤੁਸੀਂ ਟੀਵੀ ਵੱਲ ਦੀ ਧਿਆਨ ਨਾ ਦਿਓ, ਟੀਵੀ ਦੀ ਆਵਾਜ਼ ਵੱਲ ਜੀ। ਹਾਂਜੀ, ਨਹੀਂ ਮਤਲਬ ਮੈਨੂੰ ਨਾ ਬਈ ਸ਼ੂਗਰ ਜਿਹੜੀ ਆ ਮੇਰੀ ਉਹ ਫਾਸਟਿੰਗ ਵਿੱਚ ਨਹੀਂ ਆਉਂਦੀ ਹੈਗੀ। ਅੱਛਾ, ਕਿੰਨੀ ਕਾ ਜੀ? ਹਾਂਜੀ, ਕਿੰਨੀ ਕੁ ਰਹਿੰਦੀ ਸ਼ੂਗਰ? ਹਾਂਜੀ, ਸ਼ੂਗਰ ਮੈਨੀ ਫਾਸਟ ਸ਼ੂਗਰ ਨਹੀਂ ਹੈਗੀ। ਅੱਛਾ ਜੀ, ਉਹ ਜਿਹੜੀ A1C ਹੈ ਨਾ ਉਹਦੇ ਵਿੱਚ ਮਤਲਬ ਕੀ ਕਹਿ ਦਿੰਦੇ ਆ ਨਾ, ਹਾਂਜੀ, ਉਹਦਾ ਕੋਈ ਇਲਾਜ ਹੈ ਮਤਲਬ? ਅੱਛਾ, ਫਾਸਟਿੰਗ ਦੀ ਤੁਹਾਡੀ ਨਹੀਂ ਆਉਂਦੀ ਤੇ A1C ਦੇ ਵਿੱਚ ਆਉਂਦੀ ਹੈ ਡਾਕਟਰ ਸਾਹਿਬ, ਜਿਹੜਾ ਆਪਣਾ ਬਲੱਡ ਸ਼ੂਗਰ ਦੀ ਗੱਲ ਕਰਦੇ ਹਾਂ।
HbA1c ਕਿੰਨਾ ਰਹਿੰਦਾ ਜੀ ਉਹ ਜਿਹੜਾ A1c ਤੁਸੀਂ ਕਹਿੰਦੇ ਹੋ ਹਾਂਜੀ ਉਹ 6.7 ਮਤਲਬ ਕਿ ਕਹਿੰਦੇ ਆ ਹਾਂਜੀ 6.7 ਜੀ 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 ਡਾਕਟਰ ਸਾਹਿਬ ਕੋਈ ਘਬਰਾਉਣ ਦੀ ਗੱਲ ਨਹੀਂ ਹੈ ਜੀ ਜ਼ਿੰਦਗੀ 'ਚ ਇੱਕ ਤਾਂ ਵਾਕਿੰਗ ਸ਼ੁਰੂ ਕਰੋ ਦੇਖੋ ਪੈਦਲ ਚੱਲਣਾ ਸ਼ੁਰੂ ਕਰੋ ਬੜਾ ਜ਼ਰੂਰੀ ਹੈ ਤੁਹਾਡੇ ਵਾਸਤੇ ਅਗਰ ਆਪਾਂ ਵਾਕ ਸ਼ੁਰੂ ਕਰਾਂਗੇ HbA1c ਆਪੇ ਘੱਟ ਜਾਏਗਾ ਮੇਥਰੇ ਸ਼ੁਰੂ ਕਰੋ ਖਾਲੀ ਪੇਟ ਮੇਥਰੇ ਤਕਰੀਬਨ 2.5 ਗ੍ਰਾਮ ਤੋਂ 5 ਗ੍ਰਾਮ ਤੁਸੀਂ ਸ਼ੁਰੂ ਕਰਨੇ ਨੇ ਜੀ ਉਹ ਨਾਲ ਇਸਤੇਮਾਲ ਕਰੋ ਗਰਮ ਪਾਣੀ ਪੀਓ ਕੋਸ਼ਿਸ਼ ਕਰੋ ਕਿ ਜਿਹੜੇ ਫਲਾਂ 'ਚ ਨੋਰਮਲ ਮਿੱਠਾ ਵੈ ਇਹ ਤਾਂ ਤੁਸੀਂ ਖਾਓ ਹੋਰ ਤੁਹਾਨੂੰ ਪਰਹੇਜ਼ ਦੀ ਲੋੜ ਨਹੀਂ ਹਾਲੀ ਲੇਕਿਨ ਆਪ ਵੱਖਰੀ ਮਿੱਠਾ ਪਾ ਕੇ ਕਿਸੇ ਚੀਜ਼ 'ਚ ਤੁਸੀਂ ਨਾ ਲਵੋ ਇਹ ਤੁਸੀਂ ਕੋਸ਼ਿਸ਼ ਕਰੋ ਮੈਨੂੰ ਇਹ ਨਹੀਂ ਲੱਗਦਾ ਕਿ ਤੁਹਾਨੂੰ ਹਾਲੀ ਕੋਈ ਮੇਜਰ ਦਵਾਈ ਦੀ ਵੈਸੇ ਲੋੜ ਹੈ ਲੇਕਿਨ ਅਗਰ ਬਹੁਤ ਤੁਹਾਨੂੰ ਲੱਗਦਾ ਵੈ ਕਿ ਤੁਸੀਂ ਇਸ ਕਰਕੇ ਸਟ੍ਰੈਸ 'ਚ ਆ ਰਹੇ ਹੋ ਤੇ ਮਹੀਨੇ ਦੇ ਅੰਦਰ ਹੀ ਤੁਸੀਂ HbA1c ਘਟਾਉਣਾ ਚਾਹੁੰਦੇ ਹੋ ਫਿਰ ਤੁਸੀਂ ਨਾਲ ਡਾਇਮਨਿਲ ਲੈ ਸਕਦੇ ਹੋ ਜੀ ਨਾਲ ਦਵਾਈ ਲੈ ਸਕਦੇ ਹਾਂਜੀ ਕਾਲ ਕਰ ਲਓ ਤੇ ਅੱਛਾ ਡਾਕਟਰ ਸਾਹਿਬ ਜਿਹੜੀ ਮੈਂ ਗੱਲ ਕਰ ਰਿਹਾ ਸੀ ਇੱਕ ਨਾਲ ਜਿਵੇਂ ਇਹਦੀ ਡਾਇਬੀਟੀਜ਼ ਨਾਲ ਸੰਬੰਧਿਤ ਹੈਗੀ ਹੈ ਇਹ ਕਿੰਨੀ ਚਾਹੀਦੀ ਹੈ ਜਿਹੜੀ A1c ਦੀ ਗੱਲ ਕਰਦੇ ਆਪਾਂ 6 ਤੋਂ ਥੱਲੇ ਜੀ 6 ਤੋਂ ਨੀਚੇ ਰਹੇ 5 ਦੀ ਰੇਂਜ 'ਚ ਰਹੇ 4 ਕੁਛ ਰਹੇ ਵੈਸੇ ਦੇਖੋ 4 ਕੁਛ ਬੜੇ ਘੱਟ ਪੇਸ਼ੈਂਟਸ ਦੀ ਅੱਜ ਕੱਲ੍ਹ ਆਉਂਦੀ ਹੈ ਆਮ ਤੌਰ ਤੇ ਜਿਹੜੇ ਹੈਲਥੀ ਲੋਕ ਮੇਰੇ ਕੋਲ ਅੱਜ ਕੱਲ੍ਹ ਆਉਂਦੇ ਨੇ ਬਿਟਵੀਨ 5 ਐਂਡ 6 ਰਹਿੰਦੀ ਹੈ 6 ਤੋਂ ਉੱਪਰ ਜਿਹੜਾ ਵੈ ਉਹ ਨਹੀਂ ਜਾਣੀ ਚਾਹੀਦੀ ਕਿਉਂਕਿ ਹੁੰਦਾ ਕੀ ਹੈ ਜੱਗੀ ਜੀ ਦੇਖੋ ਡਾਇਬਟੀਜ਼ ਇੱਕ ਐਸਾ ਰੋਗ ਹੈ ਜਿਹੜਾ ਕਿ ਮਰੀਜ਼ ਉਹਦਾ ਧਿਆਨ ਹੀ ਉਦੋਂ ਕਰਦਾ ਵਾ ਜਦੋਂ ਉਹਨੇ ਸਰੀਰ ਨੂੰ ਕਮਜ਼ੋਰ ਕਰਨਾ ਤੇ ਪ੍ਰੋਬਲਮ ਕਰਨੀ ਸ਼ੁਰੂ ਕਰ ਦਿੰਦੀਆਂ ਨੇ ਉਸ ਤੋਂ ਬੰਦੇ ਨੂੰ ਪਤਾ ਕੀ ਚੱਲਦਾ ਬੰਦੇ ਨੂੰ ਕਿ ਮੈਂ ਡਾਇਬਟਿਕ ਵੀ ਹੋ ਚੁੱਕਾ ਵਾਂ HbA1c ਕਰਵਾਉਂਦੇ ਰਹਿਣਾ ਇੱਕ ਚੰਗੀ ਗੱਲ ਹੈ ਐਸਾ ਨੂੰ ਕਰਵਾਉਂਦੇ ਰਹਿਣਾ ਚਾਹੀਦਾ ਕਿ ਆਈਡੀਆ ਲੱਗਦਾ ਰਹਿੰਦਾ ਕਿ ਹਾਂ ਮੈਂ ਇਸ ਵੇਲੇ ਡਾਇਬਟਿਕ ਹੋ ਰਿਹਾ ਜੀ ਠੀਕ ਹੈ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ ਜੀ 209 ਏਰੀਆ ਕੋਡ ਸੈਣੀ ਸੁਰਿੰਦਰ ਨਾਮ ਆ ਰਿਹਾ ਜੀ ਹਾਂਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਭਾਜੀ ਡਾਕਟਰ ਸਾਹਿਬ ਨੂੰ ਪੁੱਛਿਓ ਕਿ ਇੱਕ ਥਾਇਰਾਇਡ ਵਾਲਾ ਪੇਸ਼ੈਂਟ ਮੈਂ ਥਾਇਰਾਇਡ ਦੀ ਦਵਾਈ ਲੈਂਦੀ ਹਾਂ ਤੇ ਮੈਂ ਨਿੰਬੂ ਖਾ ਸਕਦੀ ਹਾਂ ਮੈਂ ਖਾਣਾ ਸ਼ੁਰੂ ਕੀਤਾ ਤੇ ਉਹਦੇ ਨਾਲ ਮੇਰੇ ਲੱਤਾਂ 'ਚ ਦਰਦ ਹੋਣ ਲੱਗ ਗਿਆ ਪਲੀਜ਼ ਡਾਕਟਰ ਨੂੰ ਕਿਹੋ ਐਕਸਪਲੇਨ ਕਰ ਦਿਓ ਮੈਂ ਤੁਹਾਨੂੰ ਸੁਣਦੀ ਹਾਂ ਜੀ ਠੀਕ ਹੈ ਜੀ ਸੁਣੋ ਤੁਸੀਂ ਜ਼ਰੂਰ ਡਾਕਟਰ ਸਾਹਿਬ ਦੱਸਣਗੇ ਜੀ ਡਾਕਟਰ ਸਾਹਿਬ ਓਕੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਟੀਵੀ ਤੇ ਸੁਣ ਲਓ ਜੀ ਹਾਂਜੀ ਡਾਕਟਰ ਸਾਹਿਬ ਅਗਰ ਆਪਾਂ ਹਾਈਪੋਥਾਇਰੋਇਡਿਜ਼ਮ ਤੋਂ ਜੂਝ ਰਹੇ ਹਾਂ ਐਸ ਸੱਚ ਨਿੰਬੂ ਦਾ ਨੁਕਸਾਨ ਨਹੀਂ ਹੈ ਲੇਕਿਨ ਹੁੰਦਾ ਕੀ ਹੈ ਕਿ ਬੜੀ ਵਾਰੀ ਸਾਨੂੰ ਕੋਈ ਬੰਦਾ ਗਾਈਡ ਕਰਦਾ ਹੁੰਦਾ ਥਾਇਰੋਇਡ ਵਾਲੇ ਪੇਸ਼ੈਂਟ ਦੇ ਕੇਸ 'ਚ ਕੀ ਹੁੰਦਾ ਕਿ ਭਾਰ ਵੀ ਵੱਧ ਜਾਂਦਾ ਜਦੋਂ ਕਿਸੇ ਦਾ ਥਾਇਰੋਇਡ ਲੈਵਲ ਜਿਹੜਾ ਇੰਬੈਲੈਂਸ ਹੁੰਦਾ ਹਾਈਪੋਥਾਇਰੋਇਡਿਜ਼ਮ 'ਚ ਤੇ ਲੋਕੀ ਅਕਸਰ ਇਹ ਸਲਾਹ ਦਿੰਦੇ ਨੇ ਕਿ ਤੁਸੀਂ ਖਾਲੀ ਪੇਟ ਨਿੰਬੂ ਪੀਓ ਜਾਂ ਗਰਮ ਪਾਣੀ 'ਚ ਪਾ ਕੇ ਨਿੰਬੂ ਪੀਓ ਉਹਦਾ ਨੁਕਸਾਨ ਤੁਸੀਂ ਵੈਸੇ ਦਿਨ 'ਚ 2 ਵਾਰੀ ਨਿੰਬੂ ਲੈ ਰਹੇ ਹੋ ਸਕੰਜਵੀ ਪੀ ਰਹੇ ਹੋ ਜਾਂ ਨਿੰਬੂ ਪਾਣੀ ਵੀ ਪੀ ਰਹੇ ਹੋ ਆਪਣੀ ਉਸ ਥਾਇਰੋਇਡ ਦੀ ਦਵਾਈ ਤੋਂ ਦੂਰ ਕਿਉਂਕਿ ਆਮ ਤੌਰ ਤੇ ਥਾਇਰੋਇਡ ਦੀ ਦਵਾਈ ਤੁਸੀਂ ਜਿਹੜੀ ਐਲੋਪੈਥਿਕ ਖਾ ਰਹੇ ਹੋਗੇ ਸਵੇਰੇ ਨਿਰਨੇ ਕਾਲਜੇ ਖਾਈ ਦੀ ਹੈ ਈਵਨ ਅਗਰ ਕੋਈ ਸਾਡੀ ਆਯੁਰਵੈਦਿਕ ਦਵਾਈ ਵੀ ਖਾਂਦਾ ਥਾਇਰੋਇਡ ਦੇ ਅੰਦਰ ਉਹ ਵੀ ਆਪਾਂ ਖਾਣੇ ਤੋਂ ਪਹਿਲੇ ਦਿੰਦੇ ਹਾਂ ਦਵਾਈ ਦੇ ਆਸ ਪਾਸ ਤੁਸੀਂ ਅਗਰ ਨਿੰਬੂ ਖਾਓਗੇ ਉਹ ਤੁਹਾਨੂੰ ਜਿਹੜਾ ਵੈ ਉਹ ਦਵਾਈ ਦੀ ਐਬਜ਼ੋਰਪਸ਼ਨ ਘਟਾ ਦੇਵੇਗਾ ਐਸ ਸੱਚ ਨੁਕਸਾਨ ਨਹੀਂ ਕਰੇਗਾ ਲੇਕਿਨ ਦਵਾਈ ਦੀ ਐਬਜ਼ੋਰਪਸ਼ਨ ਨੂੰ ਘਟਾਏਗਾ ਇਸ ਕਰਕੇ ਜਿਹੜੀ ਦਵਾਈ ਤੁਸੀਂ ਖਾ ਰਹੇ ਹੋ ਐਲੋਪੈਥਿਕ ਉਹ ਨਾਲ ਚਤੁਰ ਬੀਜ ਜੇ ਤੁਸੀਂ ਕੁਝ ਖਾਣਾ ਹੀ ਹੈ ਜੇ ਤੁਹਾਨੂੰ ਲੱਗਦਾ ਕਿ ਮੇਰਾ ਭਾਰ ਹੁਣ ਮੈਨੂੰ ਪਰੇਸ਼ਾਨ ਕਰ ਰਿਹਾ ਵੈ ਜਿਹੜਾ ਕਿ ਥਾਇਰੋਇਡ ਦੇ ਪੇਸ਼ੈਂਟਸ ਨੂੰ ਲੱਗਦਾ ਤੇ ਚਤੁਰ ਬੀਜ ਜਵਾਨੀ ਜਿਹਨੂੰ ਅਜਵਾਇਣ ਕਹਿੰਦੇ ਆ ਚੰਦਰਸ਼ੂਰ ਮੇਥੀ ਤੇ ਮੰਗਰੈਲ ਇਹ 4 ਬੀਜਾਂ ਦਾ ਕੰਬੀਨੇਸ਼ਨ ਲਓ ਇਹਨੂੰ ਗਰਮ ਪਾਣੀ ਨਾਲ ਲਓ ਨਿੰਬੂ ਤੁਹਾਨੂੰ ਕੋਈ ਫਾਇਦਾ ਨਹੀਂ ਕਰੇਗਾ ਵੇਟ ਅੰਦਰ ਇਹ ਤੁਹਾਨੂੰ ਜ਼ਰੂਰ ਜਿਹੜਾ ਫਾਇਦਾ ਵੀ ਕਰੇਗਾ ਔਰ ਥਾਇਰੋਇਡ ਦੇ ਲੈਵਲ 'ਚ ਵੀ ਫਾਇਦਾ ਕਰੇਗਾ ਜੀ ਮਿਹਰਬਾਨੀ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਨਾਲ ਗੱਲਬਾਤ ਜਿਹੜੀ ਚੱਲ ਰਹੀ ਹੈ ਤੇ ਬ੍ਰੇਕ ਲੈਣੀ ਪੈਗੀ ਜੀ ਸਾਨੂੰ ਜਿਵੇਂ ਅਕਸਰ ਹੁੰਦਾ ਹੀ ਹੈ ਜੀ ਤੇ ਬ੍ਰੇਕ ਵੈਸੇ ਨਾ ਤਾਂ ਦਰਸ਼ਕ ਹੀ ਚਾਹੁੰਦੇ ਹੁੰਦੇ ਆ ਤੇ ਨਾ ਫਲੋ ਹੀ ਇੰਨਾ ਬਣਿਆ ਹੁੰਦਾ ਵੀ ਆਪਾਂ ਵੀ ਦਿਲ ਨਹੀਂ ਕਰਦਾ ਹੁੰਦਾ ਕਿ ਬ੍ਰੇਕ ਲਈਏ ਪਰ ਫਿਰ ਵੀ ਲੈਣੀ ਪੈਂਦੀ ਹੈ ਸੋ ਮੈਂ ਕਾਲਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਹੋਲਡ ਕਰ ਦਿੰਦਾ ਜੀ ਅਤੇ ਬ੍ਰੇਕ ਤੋਂ ਬਾਅਦ ਹੀ ਅਸੀਂ ਇਹ ਕਾਲਾਂ ਲਵਾਂਗੇ ਡਾਕਟਰ ਸਾਹਿਬ ਤੁਸੀਂ ਇਸ ਤਰ੍ਹਾਂ ਨਾਲ ਜੁੜੇ ਰਹੋ ਜੀ ਅਤੇ ਬ੍ਰੇਕ ਤੋਂ ਬਾਅਦ ਫਿਰ ਗੱਲ ਕਰਦੇ ਹਾਂ ਜੀ ਡਾਕਟਰ ਨਵਦੀਪ ਸ਼ਰਮਾ ਜਿਵੇਂ ਕਿ ਅਸੀਂ ਗੱਲ ਕੀਤੀ ਹੈ ਸਾਡੇ ਦਰਸ਼ਕਾਂ ਨਾਲ ਕਿ ਉਹ ਅਕਸਰ ਇੱਕ ਮੰਗਲਵਾਰ ਛੱਡ ਕੇ ਅਤੇ ਫਿਰ ਸਾਡੇ ਨਾਲ ਜੁੜਦੇ ਆ ਅੱਜ ਜੁੜੇ ਨੇ ਤੁਹਾਡਾ ਸਵਾਲ ਜਿਹੜਾ ਕੋਈ ਹੈਗਾ ਕਿਸੇ ਵੀ ਤਰ੍ਹਾਂ ਦਾ ਸਿਹਤ ਸੰਬੰਧੀ ਇਹਨਾਂ ਨੂੰ ਕਰ ਸਕਦੇ ਹੋ ਲੰਬੀ ਗੱਲ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਸਕਰੀਨ ਦੇ ਉੱਪਰ ਆ ਰਿਹਾ ਉੱਤੇ ਗੱਲ ਕਰ ਸਕਦੇ ਹੋ ਪੰਜਾਬੀ ਦੇ ਵਿੱਚ ਵੀ ਗੱਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਪੰਜਾਬੀ ਵਿੱਚ ਵੀ ਹੈਗਾ ਔਰ ਜੇ ਤੁਸੀਂ ਇਹਨਾਂ ਦਾ ਕੋਈ ਦੇਖਣਾ ਚਾਹੁੰਦੇ ਹੋ ਉੱਥੇ ਕੰਮ ਕਰ ਤਾਂ ਉਹ ਸਾਡੇ ਟੀਵੀ 'ਤੇ ਅਕਸਰ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਆਉਂਦਾ ਰਹਿੰਦਾ ਅਤੇ ਗਾਹਾਂ ਤੋਂ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਦੇ ਵਿੱਚ ਵੀ ਥੋੜ੍ਹਾ ਬਹੁਤ ਅਸੀਂ ਜ਼ਰੂਰ ਦਿਖਾਈਏ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ ਜੀ ਦੇਖਦੇ ਰਹੋ ਜਸ ਪੰਜਾਬੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਹਾਜ਼ਰ ਜੀ ਇੱਕ ਵਾਰ ਫਿਰ ਡਾਕਟਰ ਨਵਦੀਪ ਸ਼ਰਮਾ ਜੀ ਸਾਡੇ ਨਾਲ ਜੁੜੇ ਨੇ ਬਹੁਤ ਸਾਰੀਆਂ ਕਾਲਾਂ ਆ ਕੇ ਡਰੋਪ ਹੋ ਗਈਆਂ ਔਰ ਮੈਨੂੰ ਉਹ ਲੱਗਦਾ ਕਿ ਪਹਿਲੀ ਵਾਰ ਕਾਲ ਸਾਡੇ ਕੁਝ ਦਰਸ਼ਕ ਕਰ ਰਹੇ ਹੋਣਗੇ ਅਤੇ ਕਾਲ ਕਰਕੇ ਤਾਂ ਉਹਨੂੰ ਹੋਲਡ ਰੱਖਣਾ ਪਏਗਾ ਜੀ ਥੋੜ੍ਹੀ ਦੇਰ ਤਾਂ ਫਿਰ ਗੱਲ ਡਾਕਟਰ ਸਾਹਿਬ ਨਾਲ ਹੋਏਗੀ ਚਲੋ ਆਪਾਂ ਟਾਈਮ ਨਹੀਂ ਖਰਾਬ ਕਰਦੇ ਤਾਂ ਫਟਾਫਟ ਡਾਕਟਰ ਸਾਹਿਬ ਵੱਲ ਚੱਲਦੇ ਫਿਰ ਹਾਂਜੀ ਡਾਕਟਰ ਸਾਹਿਬ ਅਤੇ ਕਾਲਾਂ ਹੀ ਲੈ ਲਈਏ ਇੱਕ ਅੱਧੀ ਸਵਾਲ ਤਾਂ ਬਹੁਤ ਸੀਗੇ ਕਾਲ ਹੀ ਪਹਿਲਾਂ ਲੈ ਲੈਂਦੇ ਇੱਕ ਅੱਧੀ
हेलो जी, ਸਤਿ ਸ਼੍ਰੀ ਅਕਾਲ, ਤੁਸੀਂ ਆਉਨੇ ਰਹੋ ਜੀ 516 ਏਰੀਆ ਕੋਡ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ ਜੱਗੀ ਜੀ, ਔਰ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਨੂੰ ਜੀ, ਬਹੁਤ ਬਹੁਤ ਸਵਾਗਤ ਜੀ। ਹਾਂਜੀ, ਮੇਰਾ ਸਵਾਲ ਹੈਗਾ ਕਿ ਬਈ ਟਿਨਾਈਟਿਸ ਹੁੰਦਾ ਹੈ ਕਿ ਜਿਹੜਾ ਕੰਨਾਂ 'ਚ ਰਿੰਗਿੰਗ ਹੁੰਦੀ, ਉਹਦਾ ਕੋਈ ਇਲਾਜ ਹੈਗਾ? ਕੰਨਾਂ ਦੇ ਵਿੱਚ ਛਾਂ ਛਾਂ ਜਿਹਨੂੰ ਅਸੀਂ ਕਹਿੰਦੇ ਜੀ ਹੁੰਦੀ ਰਹਿੰਦੀ। ਹਾਂ, ਜਿਹੜੀ ਉਹ ਕਹਿੰਦੇ ਨਾ ਪੰਜਾਬੀ 'ਚ ਬਿੰਡੇ ਵੱਜਦੇ ਆ, ਬਿੰਡੇ ਵੱਜਦੇ ਘੰਟੀਆਂ ਕਰਕੇ ਪੰਜਾਬੀ ਦਾ, ਅਸੀਂ ਤਾਂ ਪੰਜਾਬੀ ਹੈਗੇ ਤਾਂ ਚੰਗੀ ਤਰ੍ਹਾਂ ਸਮਝਾ ਸਕਦੇ ਹਾਂ। ਹਾਂ ਬਿਲਕੁਲ ਬਿਲਕੁਲ, ਇਹ ਬਿੰਡੇ ਵੱਜਦੇ ਹੀ ਅਸਲ 'ਚ ਸਹੀ ਲੱਭ ਜਾਏਗਾ ਪਿੰਡਾਂ ਦੇ ਹਿਸਾਬ ਨਾਲ। ਆਈ ਨੋ ਜੀ ਜੀ। ਅਤੇ ਸੁਣੋ ਜੀ ਡਾਕਟਰ ਸਾਹਿਬ ਦਾ ਜਵਾਬ ਤੁਸੀਂ ਟੀਵੀ 'ਤੇ। ਹਾਂਜੀ ਮਿਹਰਬਾਨੀ, ਬਹੁਤ ਕਾਲ ਕਰਨ ਵਾਸਤੇ। ਟਿਨਾਈਟਿਸ ਨੂੰ ਜੀ ਆਯੁਰਵੇਦ 'ਚ ਕਿਹਾ ਜਾਂਦਾ ਵਾ ਕਰਨ ਨਾਦ, ਕਰਨ ਨਾਦ ਕਹਿੰਦੇ ਨੇ ਆਪਾਂ ਆਯੁਰਵੇਦ ਨੂੰ, ਔਰ ਆਡੀਟਰੀ ਨਰਵ ਦੀ ਪ੍ਰੋਬਲਮ ਕਰਕੇ ਹੁੰਦਾ ਵਾ। ਇਹਦੇ 'ਚ ਕਰਨ ਪੂਰਨ ਦਾ ਵਿਧਾਨ ਹੈ, ਜਿਹੜਾ ਬਿੱਲ ਪੱਤਲ ਜਿਹੜਾ ਸ਼ਿਵ ਜੀ ਨੂੰ ਆਮ ਤੌਰ ਤੇ ਚੜਾਇਆ ਜਾਂਦਾ ਵਾ, ਆਪਾਂ ਜਦੋਂ ਚੜਾਉਂਦੇ ਨਾ ਸੋਮਵਾਰ ਨੂੰ ਸ਼ਿਵ ਜੀ ਨੂੰ ਜਿਹੜਾ ਚੜਾਈਦਾ ਬਿੱਲ ਪੱਤਲ, ਉਹ ਜਿਹੜਾ ਬਿੱਲ ਹੈ ਜਿਹਨੂੰ ਬੇਲ ਕਹਿੰਦੇ ਆਪਾਂ, ਉਹ ਜਿਹੜਾ ਬੇਲ ਹੈ ਉਹਨੂੰ ਆਪਾਂ ਤੇਲ 'ਚ ਸਾੜਨਾ ਹੁੰਦਾ ਵਾ, ਨਾਲ ਥੋੜੀ ਹਲਦੀ ਪਾਣੀ ਹੁੰਦੀ ਹੈ, ਔਰ ਤਿਲ ਦੇ ਤੇਲ 'ਚ ਸਾੜਨਾ ਹੁੰਦਾ ਵਾ। ਜਦੋਂ ਤੇਲ ਚੰਗੀ ਤਰ੍ਹਾਂ ਸੜ ਜਾਵੇ, ਉਹਦੀਆਂ ਬੂੰਦਾਂ ਜਿਹੜੀਆਂ ਨੇ ਜਿਹੜੇ ਕੰਨਾਂ 'ਚੋਂ ਟਿਨਾਈਟਿਸ ਹੋ ਰਿਹਾ ਵਾ ਉਹਦੇ ਅੰਦਰ ਆਪਾਂ ਪਾਣੀਆਂ ਨੇ, ਜੇ ਆਪਾਂ ਘਰ 'ਚ ਪਾ ਰਹੇ ਹਾਂ। ਅਦਰਵਾਈਜ਼ ਮੈਂ ਇਹ ਵੀ ਕੋਸ਼ਿਸ਼ ਕਰ ਸਕਦਾ ਵਾਂ ਕਿ ਤੁਸੀਂ ਇੱਕ ਵਾਰੀ ਸਾਨੂੰ ਕਨੈਕਟ ਕਰਨਾ, ਆਪਾਂ ਤੁਹਾਨੂੰ ਕਰਨ ਪੂਰਨ ਗਾਈਡ ਕਰ ਦੇਵਾਂਗੇ, ਔਰ ਕੋਸ਼ਿਸ਼ ਕਰਾਂਗੇ ਜੇ ਬਿਲਵਾਦੀ ਤੇਲਮ, ਇੱਕ ਤੇਲ ਆਉਂਦਾ ਬਿਲਵਾਦੀ ਤੇਲਮ, ਅਗਰ ਤੁਹਾਨੂੰ ਉੱਥੋਂ ਮਿਲ ਸਕੇ ਕੋਸਾ ਕਰਕੇ, ਆਪਾਂ ਉਸ ਤੇਲ ਨੂੰ ਵੀ ਜਿਹੜਾ ਵਾ ਕੰਨ 'ਚ ਤੁਹਾਨੂੰ ਪਾਉਣਾ ਗਾਈਡ ਕਰ ਦੇਵਾਂਗੇ। ਮੈਂ ਇਹ ਨਹੀਂ ਵੀ ਕਹਾਂਗੀ 100 ਪੈਸੇ ਠੀਕ ਹੋ ਜਾਂਦਾ, 90 ਪੈਸੇ 80 ਪੈਸੇ ਤੱਕ ਨੇ ਪ੍ਰੋਬਲਮ ਜਿਹੜੀ ਹੈ ਜੜ ਤੋਂ ਠੀਕ ਹੋ ਜਾਂਦੀ ਹੈ ਕਦਮ ਜੀ। ਤੇ ਇਹ ਮਤਲਬ ਤੁਹਾਨੂੰ ਸੰਪਰਕ ਕਰ ਲੈਣ ਫੋਨ ਕਰਕੇ, ਤਾਂ ਤੁਹਾਡੇ ਕੋਲ ਤੇਲ ਮੰਗਾ ਸਕਦੇ ਇਹ, ਕਿਉਂਕਿ ਬਿੱਲ ਜਿਹੜੀ ਤੁਸੀਂ ਗੱਲ ਕਰਦੇ ਹੋ ਮੇਰਾ ਖਿਆਲ ਨਹੀਂ ਮਿਲੇਗੀ, ਔਖੀ ਮਿਲੇਗੀ ਜੇ ਮਿਲੇਗੀ ਵੀ ਤਾਂ ਜੀ। ਨਹੀਂ ਕੋਈ ਪ੍ਰੋਬਲਮ ਨਹੀਂ ਜੱਗੀ ਜੀ, ਆਪਾਂ ਕੋਈ ਵੀ ਚੀਜ਼ ਚਾਹੀਦੀ ਹੋਏਗੀ ਤੇ ਪ੍ਰੋਵਾਈਡ ਕਰਾਵਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਾਸੀ ਜੀ। ਹੈਲੋ, ਨਿਕਾਲ ਹਜੇ ਧਿਆਨ ਟੀਵੀ ਵੱਲ ਹੈਗਾ ਜਾਂ ਫੋਨ ਵੱਲ ਨਹੀਂ ਹੈਗਾ? ਅਤੇ ਡਾਕਟਰ ਸਾਹਿਬ, ਅਸੀਂ ਅਸਥਮਾ ਦੀ ਗੱਲ ਕਰ ਰਹੇ ਸੀ, ਉਹਨੂੰ ਮੈਂ ਕੰਟੀਨਿਊ ਕਰਨੀ ਚਾਹੁੰਦਾ। ਇੱਕ ਮੈਂ ਦੇਖਿਆ ਸਾਡੇ ਉਹਨਾਂ ਦੇ ਇੱਥੇ ਪਾਈਪ ਜੀ ਪਾਈ ਹੋਈ ਹੈ, ਤੋ ਗੱਲ ਕਰਦੇ ਨੇ ਜੋ ਗੱਲ ਕਰਦੇ ਸੀਟੀ ਤੇ ਵੱਜਦੀ ਹੈ, ਤੇ ਪਰ ਉਹਨਾਂ ਨੂੰ ਉਹ ਕਿਉਂ ਨੌਬਤ ਆਉਂਦੀ ਜਿਹੜੀ ਇੱਥੇ ਪਾਈਪ ਜੀ ਪਾ ਦਿੰਦੇ ਨੇ ਬਾਹਰ ਨੂੰ? ਦੇਖੋ, ਐਕਸਟ੍ਰੀਮ ਕੇਸ ਦੇ ਅੰਦਰ ਜਦੋਂ ਕਈਆਂ ਦੇ ਕੇਸ ਨਾ ਟ੍ਰੈਕੀਐਕਸਟੋਮੀ ਕਰਨੀ ਪੈਂਦੀ ਹੈ, ਜਿਹੜਾ ਟ੍ਰੈਕੀ ਆ ਜਿਹੜੀ ਸਾਡੀ ਵਿੰਡ ਪਾਈਪ ਹੈ ਉਹਦੇ ਵਿੱਚੋਂ ਇੱਕ ਐਕਸਟਰਾ ਜਿਹੜੀ ਹੈ ਪਾਈਪਿੰਗ ਕਰਨੀ ਪੈਂਦੀ ਹੈ, ਉਹ ਐਕਸਟ੍ਰੀਮ ਕੇਸਿਸ 'ਚ ਕਰਨੀ ਪੈਂਦੀ ਹੈ। ਕਈ ਵਾਰੀ ਕੋਈ ਐਸਪੀਰੇਟ ਕਰ ਜਾਵੇ, ਕਈ ਵਾਰੀ ਟੈਂਪਰੇਰੀ ਵੀ ਕਰਨੀ ਪੈਂਦੀ ਹੈ, ਮਤਲਬ ਜ਼ਰੂਰੀ ਨਹੀਂ ਹੈ ਕਿ ਐਂਡੋਟ੍ਰੈਕੀਅਲ ਅਗਰ ਆਪਾਂ ਕਰ ਰਹੇ ਹਾਂ ਜਾਂ ਟ੍ਰੈਕੀਐਕਸਟੋਮੀ ਕਰ ਰਹੇ ਹਾਂ ਤੇ ਉਹ ਪਰਮਨੈਂਟ ਹੀ ਰਹੇਗੀ। ਕੁਝ ਵਾਰੀ ਟੈਂਪਰੇਰੀ ਫੇਜ਼ ਵਾਸਤੇ ਕੀਤੀ ਜਾਂਦੀ ਹੈ, ਲੋਗ ਉੱਭਰ ਆਉਂਦੇ ਨੇ ਬਾਅਦ 'ਚ ਰਿਮੂਵ ਕਰਤੀ ਜਾਂਦੀ ਹੈ, ਔਰ ਕੁਝ ਕੇਸਿਸ 'ਚ ਜਿਹੜਾ ਵਾ ਉਹ ਰੱਖਣੀ ਹੀ ਪੈਂਦੀ ਹੈ ਐਕਸਟ੍ਰੀਮ ਕੇਸਿਸ 'ਚ। ਕਿਉਂਕਿ ਹੁੰਦਾ ਕੀ ਹੈ, ਦੇਖੋ ਅੱਜ ਅਗਰ ਆਪਾਂ ਐਸਥਮਾ ਦੀ ਗੱਲ ਕਰੀਏ, ਹਾਲਾਂਕਿ ਉਹ ਥੋੜਾ ਐਸਥਮਾ ਤੋਂ ਡਿਫਰੈਂਟ ਹੈ, ਐਸਪੀਰੇਸ਼ਨ ਦੇ ਕੇਸ 'ਚ ਜ਼ਿਆਦਾ ਆਪਾਂ ਉਹ ਕਰਦੇ ਹਾਂ, ਬਟ ਅਗਰ ਆਪਾਂ ਐਸਥਮਾ ਦੀ ਵੀ ਗੱਲ ਕਰੀਏ, ਜਿਸ ਤਰ੍ਹਾਂ ਐਸਥਮਾ ਪੁਰਾਣਾ ਹੁੰਦਾ ਜਾਂਦਾ ਵਾ, ਹੁਣ ਦੇਖੋ ਬਚਪਨ ਤੇ ਜਵਾਨੀ ਤੇ ਬੰਦਾ ਇਨਹੇਲਰਸ ਦੇ ਸਿੱਟੇ ਨਿਕਾਲ ਲੈਂਦਾ ਵਾ, ਇਨਹੇਲਰਸ ਤੋਂ ਬਾਅਦ ਅੱਗੇ ਆ ਜਾਂਦੇ ਨੇ ਰੋਟਾ ਹੇਲਰਸ ਕੈਪਸੂਲ ਟਾਈਪ ਹੁੰਦੇ ਨੇ ਔਰ ਯੂਜ਼ ਕੀਤੇ ਜਾਂਦੇ ਨੇ, ਉਦੋਂ ਯੂਜ਼ ਕੀਤੇ ਜਾਂਦੇ ਨੇ ਜਦੋਂ ਇਨਹੇਲਰ ਕੰਮ ਕਰਨਾ ਬੰਦ ਕਰ ਦਿੰਦੇ। ਅੱਛਾ ਜੀ, ਹੁਣ ਜਦੋਂ ਉਹ ਵੀ ਐਕਸਟ੍ਰੀਮ ਕੇਸਿਸ 'ਚ ਕੰਮ ਕਰਨਾ ਬੰਦ ਕਰ ਦਿੰਦੇ ਨੇ, ਸਾਡੇ ਕੋਲ ਐਸੇ ਪੇਸ਼ੈਂਟਸ ਆਉਂਦੇ ਨੇ ਜੱਗੀ ਜੀ, ਜਿਨ੍ਹਾਂ ਨੂੰ ਸਾਰਾ ਟਾਈਮ ਆਕਸੀਜਨ ਤੇ ਹੀ ਰਹਿਣਾ ਪੈਂਦਾ ਵਾ, ਕਿਉਂਕਿ ਉਹਨਾਂ ਦੀ ਜਿਹੜੀ ਆਕਸੀਜਨ ਸੈਚੂਰੇਸ਼ਨ ਹੈ, ਚਲੋ ਇੱਕ ਤੇ ਆਕਸੀਜਨ ਸੈਚੂਰੇਸ਼ਨ ਘਟਦੀ ਹੈ, ਕਿਸੇ ਨੂੰ ਕੋਵਿਡ ਜਾਂ ਕੋਈ ਲੰਗਸ ਦੀ ਇਨਫੈਕਸ਼ਨ ਹੋ ਗਈ, ਇੱਕ ਹੁੰਦਾ ਵਾ ਪੱਕੇ ਤੌਰ ਤੇ ਹੀ ਲੰਗਸ ਦਾ ਕੰਮ ਕਰਨ ਵਾਲਾ ਟਿਸ਼ੂ ਕਾਫੀ ਹੱਦ ਤੱਕ ਜਿਹੜੇ ਨੇ ਬ੍ਰੋਂਕਿਓਲਸ ਨੇ ਜਿਹੜੇ ਉਹ ਕੰਮ ਕਰਨਾ ਬੰਦ ਕਰ ਦੇਣ, ਫਾਈਬਰੋਸਿਸ ਹੋ ਜਾਵੇ, ਉਹਦੇ 'ਚ ਹਾਰਡਨਿੰਗ ਹੋ ਜਾਵੇ, ਤੇ ਉਸ ਕੇਸ 'ਚ ਲਗਾਤਾਰ ਆਕਸੀਜਨ ਲਗਵਾ ਕੇ ਰੱਖਣੀ ਪੈਂਦੀ ਹੈ ਮਰੀਜ਼ ਨੂੰ। ਔਰ ਇਹਨਾਂ ਸਾਰੇ ਕੇਸਿਸ 'ਚ ਜਿਹੜਾ ਵਾ ਅਗਰ ਸਹੀ ਕਦਮ ਆਪਾਂ ਸਹੀ ਸਮੇਂ ਤੇ ਚੁੱਕ ਲਈਏ ਤੇ ਆਪਾਂ ਬਚ ਸਕਦੇ ਹਾਂ ਜੀ ਇਹਨਾਂ ਸਟੇਜਿਸ ਤੋਂ। ਤੇ ਇਹਦਾ ਪਰਮ ਜਿਵੇਂ ਇਨਹੇਲਰ ਦੀ ਗੱਲ ਕਰਦੇ ਹਾਂ ਜਾਂ ਹੋਰ, ਇਸ ਤੋਂ ਇਲਾਵਾ ਵੀ ਕੋਈ ਪਰਮਾਨੈਂਟ ਇਲਾਜ ਹੈਗਾ ਇਹਦਾ ਅਸਥਮਾ ਦਾ, ਦਮੇ ਦਾ, ਜਿੱਦਾਂ ਇਹ ਪ੍ਰੋਬਲਮ ਇਹ ਲੋੜ ਉਹਦੀ ਲੋੜ ਪੈਣੋਂ ਹਟ ਜਾਂਦੀ ਹੋਵੇ ਇਨਹੇਲਰ ਦੀ ਜਾਂ ਰੂਟਹੇਲਰ ਦੀ? ਬਿਲਕੁਲ ਹਟਦੀ ਹੈ ਜੱਗੀ ਜੀ, ਬਿਲਕੁਲ ਹਟਦੀ ਹੈ ਜੀ, ਔਰ ਮੈਜੋਰਿਟੀ ਪੇਸ਼ੈਂਟਸ 'ਚ ਹਟਦੀ ਹੈ। ਜੇ ਕੋਈ ਬਹੁਤ ਹੀ ਐਡਵਾਂਸ ਸਟੇਜ ਤੇ ਆਏ ਤੇ ਉਹਦੇ ਕੇਸ 'ਚ ਡਿਪੈਂਡੈਂਸ ਘੱਟ ਜਾਂਦੀ ਹੈ, ਤੇ ਜੇ ਕੋਈ ਨਾਰਮਲ ਸਟੇਜ ਤੇ ਆ ਜਾਵੇ ਤੇ ਪੂਰਾ ਲੱਥ ਜਾਂਦੇ ਨੇ ਇਨਹੇਲਰਸ ਉਹਦੇ। ਉਹਦਾ ਕਾਰਨ ਇਹ ਹੈ ਕਿ ਦੇਖੋ ਆਯੁਰਵੇਦ 'ਚ ਥਰੈਸ਼ਹੋਲਡ ਆਫ ਐਲਰਜੀ, ਇੱਕ ਹੁੰਦਾ ਥਰੈਸ਼ਹੋਲਡ ਆਫ ਐਲਰਜੀ, ਥਰੈਸ਼ਹੋਲਡ ਆਫ ਐਲਰਜੀ ਕੀ ਹੈ, ਆਪਾਂ ਕਹਿਤਾ ਕਿ ਜਿਹੜਾ ਅਸਥਮਾ ਹੈ ਦੀ ਐਲਰਜੀ ਨਾਲ ਹੁੰਦਾ ਵਾ ਮੋਸਟਲੀ ਮੋਸਟ ਪੇਸ਼ੈਂਟਸ। ਹੁਣ ਥਰੈਸ਼ਹੋਲਡ ਆਫ ਐਲਰਜੀ ਦਾ ਐਗਜ਼ਾਮਪਲ ਤੁਹਾਨੂੰ ਦਿੰਦਾ ਕਿ ਮੰਨ ਲਓ ਆਪਾਂ 5 ਦੋਸਤ ਘੱਟੇ ਵਾਲੀ ਜਗ੍ਹਾ 'ਚ ਜਾਈਏ, ਜਿਹਦਾ ਥਰੈਸ਼ਹੋਲਡ ਜਿਹੜਾ ਹੋਏਗਾ ਉਹ ਥੋੜਾ ਹੋਏਗਾ ਉਹ ਨਿੱਛਾ ਮਾਰਨ ਲੱਗ ਪਏਗਾ, ਤੇ ਜਿਹਦਾ ਥਰੈਸ਼ਹੋਲਡ ਬਹੁਤਾ ਹੋਏਗਾ ਉਹਨੂੰ ਕੋਈ ਫਰਕ ਹੀ ਨਹੀਂ ਪਏਗਾ, ਜਿੰਨੀ ਮਰਜ਼ੀ ਮਿੱਟੀ ਘੱਟਾ ਆਉਂਦਾ ਰਹੇ। ਉਹ ਜਿਹੜਾ ਥਰੈਸ਼ਹੋਲਡ ਹੈ ਕਿਸੇ ਵੀ ਚੀਜ਼ ਦਾ
ਕਿ ਇੰਨੇ ਪਰਸੈਂਟ ਕੰਸੈਂਟ੍ਰੇਸ਼ਨ ਅਗਰ ਮਿੱਟੀ ਦੀ, ਘੱਟੇ ਦੀ, ਪੋਲਨਸ ਦੀ ਜਾਂ ਜਿਹਦੇ ਨਾਲ ਵੀ ਐਲਰਜੀ ਹੈ, ਅਗਰ ਆਪਾਂ ਥ੍ਰੈਸ਼ਹੋਲਡ ਆਫ ਐਲਰਜੀ ਨੂੰ ਵਧਾ ਦਈਏ ਤੇ ਗੱਲ ਹੀ ਸਾਰੀ ਠੀਕ ਹੋ ਜਾਂਦੀ ਹੈ। ਕਿਉਂਕਿ ਜੋ ਥ੍ਰੈਸ਼ਹੋਲਡ ਹੀ ਵਰ ਗਿਆ ਐਲਰਜੀ ਦਾ, ਹੁਣ ਐਲਰਜੀ ਹੋਣੀ ਹੀ ਨਹੀਂ ਹੈ ਥੋੜੀ ਕਿਤੇ, ਐਲਰਜੀ ਨਹੀਂ ਹੋਏਗੀ ਤੇ ਉਹ ਅਟੈਕ ਨਹੀਂ ਆਏਗਾ ਐਸਟੋਮੈਟਿਕ। ਔਰ ਸੈਕਿੰਡ ਇਹਦੇ ਚ ਆਪਾਂ ਯੂਜ ਕਰਨੇ ਹੁੰਦੇ ਨੇ ਬ੍ਰੌਂਕੋ ਡਾਇਲੇਟਰ ਹਰਬਸ। ਹੁਣ ਆਪਾਂ ਸਟੀਰੋਇਡਸ ਨਾਲ ਜਾਂ ਐਲੋਪੈਥਿਕ ਬ੍ਰੌਂਕੋ ਡਾਇਲੇਟਰਸ ਵੀ ਯੂਜ ਕਰ ਸਕਦੇ ਹਾਂ, ਲੇਕਿਨ ਉਹ ਕੈਮੀਕਲਸ ਨੇ, ਲੰਬੇ ਯੂਜ਼ ਚ ਕਈ ਤਰ੍ਹਾਂ ਦੇ ਨੁਕਸਾਨ ਕਰਨਗੇ। ਉੱਥੇ ਹੀ ਆਯੁਰਵੇਦ ਦੇ ਅੰਦਰ ਨੈਚੁਰਲ ਬ੍ਰੌਂਕੋ ਡਾਇਲੇਟਰਸ, ਪਰ ਸਾਡੇ ਕਿਚਨ ਚ ਪਏ ਨੇ। ਕਾਲੀ ਮਿਰਚ ਬੜਾ ਵਧੀਆ ਬ੍ਰੌਂਕੋ ਡਾਇਲੇਟਰ ਹੈ। ਅੱਛਾ, ਦਾਲਚੀਨੀ ਇੱਕ ਬ੍ਰੌਂਕੋ ਡਾਇਲੇਟਰ ਹੈ। ਮਗਾਂ ਗਰਮ ਮਸਾਲੇ ਚ ਪੈਂਦੀਆਂ ਨੇ, ਪੁਰਾਣੇ ਜ਼ਮਾਨੇ ਚ ਆਪਾਂ ਆਚਾਰਾਂ ਚ ਪਾਈ ਦੀ ਸੀ, ਲੰਬੀ ਲੰਬੀ ਜੀ ਕਾਲੇ ਜੇ ਹੁੰਦੇ ਨੇ, ਜਿਹੜੀ ਪਾਈਪਰ ਲੌਂਗਮ ਜਿਹਨੂੰ ਕਹਿੰਦੇ ਆ, ਬਹੁਤ ਹੀ ਵਧੀਆ ਬ੍ਰੌਂਕੋ ਡਾਇਲੇਟਰ ਨੇ। ਮਗਾਂ ਤੇ ਬਹੁਤ ਹੀ ਐਕਸਟਰਾ ਆਰਡਨਰੀ ਬ੍ਰੌਂਕੋ ਡਾਇਲੇਸ਼ਨ ਦਾ ਕੰਮ ਕਰਦੇ ਆ। ਹਲਦੀ ਸਾਡੀ ਉਹ ਵੀ ਬ੍ਰੌਂਕੋ ਡਾਇਲੇਟਰ ਜੀ। ਤੇ ਕਿਚਨ ਚ ਹੀ ਹਰਬਸ ਨੇ ਜਿਹੜੀਆਂ ਬ੍ਰੌਂਕੋ ਡਾਇਲੇਟ ਕਰਦੀਆਂ ਨੇ ਬ੍ਰੌਂਕਿਓਲਸ ਨੂੰ। ਔਰ ਅਗਰ ਪ੍ਰੋਬਲਮ ਵੱਧ ਗਈ ਹੈ, ਫਿਰ ਆਪਾਂ ਕਿਚਨ ਦੀ ਹਰਬਸ ਤੋਂ ਨਿਕਲ ਕੇ ਥੋੜੀਆਂ ਇਸ ਤੋਂ ਉੱਪਰਲੀਆਂ ਹਰਬਸ ਦੇ ਉੱਪਰ ਵੀ ਆ ਸਕਦੇ ਜੀ। ਹੈਲੋ, ਤੁਸੀਂ ਆਨ ਏਅਰ ਹੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਹਾਂਜੀ, ਮਾਸੀ ਭੈਰੀ ਮੈਨੂੰ ਤੁਹਾਡੇ ਫੋਨ ਚੱਕ ਕੇ ਹੈਲੋ ਹੈਲੋ ਕਰੀਏ। ਹੈਲੋ ਦਿੱਲੀ ਸਾਹਿਬ। ਹਾਂਜੀ ਹਾਂਜੀ ਹਾਂਜੀ, ਡਾਕਟਰ ਸਾਹਿਬ ਬੈਠੇ ਨੇ ਜੀ। ਜਵਾਬ ਟੀਵੀ ਤੇ ਸੁਣੋ ਡਾਕਟਰ ਸਾਹਿਬ। ਇਹ ਡਾਕਟਰ ਸਾਹਿਬ ਬਹੁਤ ਜਗ੍ਹਾ ਪ੍ਰੋਬਲਮ ਹੈ, ਇਹ ਬਹੁਤ ਜਗ੍ਹਾ ਪ੍ਰੋਬਲਮ ਹੈ, ਇਹ ਮੈਂ ਕਈ ਜਗ੍ਹਾ ਲੋਕਾਂ ਕੋਲ ਸੁਣੀ ਹੈ ਜੀ। ਡਾਕਟਰ ਸਾਹਿਬ ਪੈਰ ਮੱਚਣ ਦੀ ਗੱਲ ਕਰਦੇ ਸੀ। ਦੇਖੋ, ਜਦੋਂ ਵੀ ਆਪਾਂ ਪੈਰ ਮੱਚਣ ਦੀ ਗੱਲ ਕਰਦੇ ਹਾਂ, ਇਸ ਕਰਕੇ ਕਾਮਨ ਹੈ ਕਿ ਪੈਰ ਮੱਚਦੇ ਨੇ ਨਿਊਰੋਪੈਥੀ ਕਰਕੇ ਜੀ। ਔਰ ਨਿਊਰੋਪੈਥੀ ਜਿਹੜੀ ਹੈ ਉਹ ਜਿਸ ਤਰ੍ਹਾਂ ਏਜਿੰਗ ਹੁੰਦੀ ਹੈ, ਕਿਉਂਕਿ ਆਪਾਂ ਮੈਟਾਬੋਲਿਕ ਕਰੈਕਟਰਸ ਕੋਈ ਆਪਣੀ ਡਾਈਟ 'ਚ ਨਹੀਂ ਲੈਂਦੇ ਹਾਂ, ਤੇ ਉਹਦੇ ਨਾਲ ਪੈਰ ਮੱਚਣੇ ਸ਼ੁਰੂ ਹੋ ਜਾਂਦੇ ਨੇ ਜੀ। ਮੀਚਕਾਂ ਬਹੁਤ ਵਧੀਆ ਕੰਮ ਕਰਦੀਆਂ ਨੇ। ਮੀਚਕਾਂ ਬਿਲਕੁਲ ਜੀ, ਇੱਥੇ ਡਾਕਟਰ ਸਾਹਿਬ ਮਿਲੀਆਂ ਨਹੀਂ, ਮੈਨੂੰ ਵੀ ਤੁਸੀਂ ਦੱਸਿਆ ਸੀ ਪਰ ਮਿਲੀਆਂ ਨਹੀਂ। ਮੀਚਕਾਂ ਕੀ ਚੱਕਰ ਹੈ ਮੇਰੇ ਨਾਲ? ਕੋਈ ਗੱਲ ਨਹੀਂ ਜੀ, ਕਿਸੇ ਵੀ ਨੂੰ ਵੀ ਅਵੇਲੇਬਲ ਹੁੰਦੀਆਂ, ਆਪਾਂ ਇੰਡੀਆ ਤੋਂ ਭਿਜਵਾ ਦਾਂਗੇ ਜੀ ਮੀਚਕਾਂ। ਨਹੀਂ, ਤੁਹਾਡੇ ਨਿਊਯਾਰਕ ਵਾਲੇ ਤੇ ਹੁੰਦੀਆਂ ਜੀ, ਕਾਲਾਂ ਕਾਫੀ ਆ ਗਈਆਂ, ਕਾਲਾਂ ਲੈ ਲਈ ਨਾਲ ਨਾਲ, ਫਿਰ ਸਮਾਂ ਥੋੜਾ ਬ੍ਰੇਕਾਂ, ਬ੍ਰੇਕ ਦਾ ਵੀ ਸਮਾਂ ਲੰਘ ਜਾਣਾ ਕੋਲੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ ਜੀ। ਹਾਂਜੀ 661 ਏਰੀਆ ਕੋਡ, ਆਨਰ ਹੋ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ 661 ਏਰੀਆ ਕੋਡ ਸਿੰਘ। ਹਾਂਜੀ ਜੱਗੀ ਜੀ ਤੇ ਡਾਕਟਰ ਸਾਹਿਬ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਖੁਰਾਣਾ ਸਾਹਿਬ, ਅੱਜ ਤੁਹਾਡਾ ਨੰਬਰ ਹੋਰ ਤਰ੍ਹਾਂ ਆਇਆ। ਹਾਂਜੀ, ਉਹ ਮੈਡਮ ਦਾ ਫੋਨ ਚੁੱਕ ਲਿਆ ਨਾ। ਅੱਛਾ ਅੱਛਾ ਜੀ, ਅੱਛਾ। ਹਾਂਜੀ ਕੀ ਕਹਿਣਾ ਚਾਹੁੰਦੇ ਜੀ ਕੁਛ ਡਾਕਟਰ ਸਾਹਿਬ? ਡਾਕਟਰ ਸਾਹਿਬ, ਮੈਂ ਆਮ 75 ਪਲੱਸ ਤੇ ਜਿਹੜੇ ਕੰਨ ਨੇ ਨਾ, ਕਦੀ ਵਾਰੀ ਛਾਂ ਛਾਂ ਇਸ ਤਰ੍ਹਾਂ ਕਰਦੇ ਨੇ, ਕੋਈ ਸਮਝ ਨਹੀਂ ਲੱਗਦੀ ਵੀ ਕੀ ਹੋ ਰਿਹਾ। ਉਹ ਜਿਹੜੇ ਹੈਗੇ ਨੇ ਐਲੋਪੈਥਿਕ ਦੇ ਚੋਟਾਂ ਨੂੰ ਤੇ ਉਹ ਕਹਿੰਦੇ ਉਹ 'ਚ ਉਹਨਾਂ ਨੇ MRI ਡਾਕਟਰ ਕਹਿੰਦੇ ਸਨ ਵੀ ਕਰਾ ਲਓ, ਪਰ ਜਿਹੜਾ ਡਾਕਟਰ ਨਹੀਂ ਮੰਨਿਆ। ਅੱਛਾ ਜੀ, ਹੁਣ ਦੱਸੋ ਇਹਦਾ ਮੈਂ ਕੀ ਕਰਾਂ? ਵੈਰੀ ਮਚ, ਮਤਲਬ ਆਪਣੇ ਆਪ ਹੀ ਇਸ ਤਰ੍ਹਾਂ ਸਾਫ ਸਾਫ ਕਰਦੇ ਨੇ ਕਿ ਬੰਦਾ ਕਹਿੰਦਾ ਵੀ ਹੋ ਕੀ ਰਿਹਾ। ਜੀ ਜੀ ਡਾਕਟਰ ਸਾਹਿਬ, ਵੈਸੇ ਦੱਸਿਆ ਜੀ ਡਾਕਟਰ ਸਾਹਿਬ, ਥੋੜ੍ਹਾ ਫਿਰ ਦੱਸ ਦਿਓ, ਕਾਲ ਹੋਰ ਲੈ ਲਈ, ਇਕੱਠਾ ਜਵਾਬ ਦੇ ਦਿਓ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਕੌਣ ਬੋਲਦੇ ਜੀ? ਮੈਂ ਜੀ ਅਨਿਲ ਬੋਲਦਾ ਜੀ। ਹਾਂਜੀ ਹਾਂਜੀ, ਕੀ ਕੀ ਸਵਾਲ ਜੀ? ਡਾਕਟਰ ਨੂੰ ਪੁੱਛਣ ਜੀ, ਜਿਹੜਾ ਜੀ ਆਪਣੇ ਅਸਥਮਾ ਦਾ ਹੁੰਦਾ ਜੀ, ਆਹ ਲੱਸੀ ਨੂੰ ਅਫੈਕਟ ਕਰਦੀ, ਲੱਸੀ ਨੂੰ ਘਟਾ ਰਹੀ ਹੈ ਜੀ। ਮੈਂ ਸਾਡਾ ਕਜ਼ਨ ਤਾ, ਉਹਨੂੰ ਬਹੁਤ ਹੈਗੀ ਅਸਥਮਾ ਦੀ ਪ੍ਰੋਬਲਮ, ਲੱਸੀ ਲੱਸੀ ਪੀਣੀ ਲੱਗ ਤੋਂ ਸ਼ੁਰੂ ਕੀਤੀ ਜੀ ਆਪਣੇ, ਤੇ ਉਹ ਅਸਥਮਾ ਹੱਟ ਗਿਆ ਜੀ ਉਹਦਾ। ਅੱਛਾ ਜੀ, ਚਲੋ ਡਾਕਟਰ ਨੂੰ ਪੁੱਛੋ ਜੀ ਕੀ ਚੱਕਰ ਜੀ। ਹਾਂ ਡਾਕਟਰ ਸਾਹਿਬ ਦੱਸਿਓ ਜੀ, ਲੱਸੀ ਦਾ ਕੋਈ ਲੈਣ ਦੇਣ ਹੈ ਅਸਥਮਾ ਨਾਲ? ਦੇਖੋ ਆਯੁਰਵੇਦ ਦੇ ਹਿਸਾਬ ਨਾਲ ਚੱਲੀਏ ਤੇ ਐਸਾ, ਮਤਲਬ ਬੜੀ ਖੁਸ਼ੀ ਦੀ ਗੱਲ ਹੈ ਪਹਿਲੇ ਕਿ ਵੀ ਐਸਥਮਾ ਜਿਹੜਾ ਵਾ ਉਹਨਾਂ ਦੇ ਕੇਸ 'ਚ ਇੰਪਰੂਵ ਹੋਇਆ ਵਾ। ਐਸਥਮਾ ਕਈ ਟਾਈਪਸ ਦਾ ਵਾ, ਲੇਕਿਨ ਐਲਰਜੀਕ ਐਸਥਮਾ 'ਚ ਐਸਾ 'ਚ ਕੋਈ ਲੱਸੀ ਦਾ ਇੰਨਾ ਮੇਜਰ ਰੋਲ ਕਿਤੇ ਦੱਸਿਆ ਨਹੀਂ ਗਿਆ ਆਯੁਰਵੇਦ 'ਚ। ਬਟ ਅਗਰ ਲੱਸੀ ਨਾਲ ਫਾਇਦਾ ਮਿਲਿਆ ਵਾ, ਹਰ ਕਿਸੇ ਦੀ ਬੋਡੀ ਦੀ ਆਪਣੀ ਇੱਕ ਡਿਫਰੈਂਟ ਟਾਈਪ ਹੈ, ਤਾਂ ਸਭ ਤੋਂ ਖੁਸ਼ੀ ਦੀ ਗੱਲ ਹੈ ਵਾ ਕਿ ਵੀ ਉਹਨਾਂ ਦਾ ਐਸਥਮਾ ਠੀਕ ਹੋਇਆ ਵਾ। ਲੱਸੀ 'ਚ ਹੋ ਸਕਦਾ ਵਾ ਕਿ ਉਹ ਨਾਲ ਕੁਝ ਚੀਜ਼ਾਂ ਹੋਰ ਪਾ ਵੀ ਰਹੇ ਹੋਣ, ਉਹ ਨੋਰਮਲ ਲੱਸੀ ਨਾ ਹੋਏ, ਕਿਉਂਕਿ ਜਿਹੜੀਆਂ ਮੇਨ ਚੀਜ਼ਾਂ ਆਪਾਂ ਵਿੱਚ ਪਾਉਂਦੇ ਆ, ਕਾਲੀ ਮਿਰਚ ਵਗੈਰਾ ਅਕਸਰ ਪਾਉਂਦੇ ਆਪਾਂ ਲੱਸੀ ਦੇ ਵਿੱਚ। ਕਾਲੀ ਮਿਰਚ ਜੇ ਆਪਾਂ ਛਾਛ ਦੀ ਗੱਲ ਕਰ ਰਹੇ ਆ, ਲੱਸੀ ਇੱਕ ਮਿੱਠੀ ਲੱਸੀ ਹੁੰਦੀ, ਇੱਕ ਹੁੰਦੀ ਛਾਛ, ਨਹੀਂ ਛਾਛ ਕਾਲੀ ਮਿਰਚ ਨਮਕੀਨ ਦੀ, ਹਾਂ ਨਮਕੀਨ ਦੀ ਗੱਲ ਕਰਦੇ। ਬਿਲਕੁਲ, ਜਿਹੜੀ ਛਾਛ ਹੈ ਉਹ ਫਾਇਦਾ ਡੈਫੀਨੇਟਲੀ ਕਰ ਸਕਦੀ ਹੈ। ਜੇ ਕਰੋਨਿਕ ਅਸਥਮਾ ਚੱਲਦਾ ਪਿਆ, ਆਪਾਂ ਐਕਿਊਟ ਫੇਜ਼ ਦੀ ਗੱਲ ਨਹੀਂ ਕਰ ਰਹੇ ਕਿ ਇਸ ਵੇਲੇ ਸਾਹ ਬੜਾ ਜਿਹੜਾ ਵਾ ਉਹ ਔਖਾ ਹੋਇਆ ਪਿਆ ਵਾ, ਕਰੋਨਿਕ ਸਟੇਜ ਜਦੋਂ ਚੱਲ ਰਹੀ ਹੈ, ਉਹਦੇ 'ਚ ਜਿਹੜੀ ਕਾਲੀ ਮਿਰਚ ਪੂਰੀ ਪਾਈ, ਜਿਹੜੀ ਛਾਛ ਹੈ ਉਹ ਫੈਟ ਫਰੀ ਜਿਹੜੀ ਹੈ ਉਹ ਫਾਇਦਾ ਕਰ ਸਕਦੀ, ਉਹਦੇ 'ਚ ਬਰਫ਼ ਨਹੀਂ ਪਾਣੀ ਆਪਾਂ ਬਸ ਜ਼ਿਆਦਾ, ਇਹ ਯਾਦ ਰੱਖਣਾ।
ਅੱਛਾ ਜੀ, ਤੇ ਇਹਦਾ ਡਾਕਟਰ ਸਾਹਿਬ ਉਹਨਾਂ ਕੋਈ ਹੈ ਸੰਬੰਧ ਥਾਇਰਾਇਡ ਨਾਲ? ਲੱਸੀ ਦਾ ਨਹੀਂ ਨਹੀਂ ਨਹੀਂ, ਅਸਥਮਾ ਦਾ ਨਹੀਂ, ਅਸਥਮਾ ਦਾ ਐਸ ਸੱਚ ਥਾਇਰਾਇਡ ਨਾਲ ਕੋਈ ਸੰਬੰਧ ਨਹੀਂ ਹੈ ਜੀ, ਲੇਕਿਨ ਕਿਉਂਕਿ ਅਸਥਮਾ ਚ ਸਟੀਰੋਇਡਸ ਚੱਲਦੇ ਨੇ, ਉਹਨਾਂ ਸਟੀਰੋਇਡਸ ਕਰਕੇ ਜਿਹੜਾ ਵਾ ਹਾਰਮੋਨਲ ਇੰਬੈਲੈਂਸ ਕਰਕੇ ਸੈਕੰਡਰੀ ਟੂ ਅਸਥਮਾ ਕੁਛ ਪੇਸ਼ੈਂਟਸ ਨੂੰ ਥਾਇਰਾਇਡ ਹੋ ਸਕਦਾ, ਥਾਇਰਾਇਡ ਕਰਕੇ ਅਸਥਮਾ ਨਹੀਂ, ਲੇਕਿਨ ਅਸਥਮਾ ਦੇ ਇਲਾਜ ਕਰਕੇ ਜਿਹੜਾ ਵਾ ਥਾਇਰਾਇਡ ਹੋ ਸਕਦਾ ਹੈ। ਇੱਕ ਜਿਹੜੀ ਟਿਨਾਈਟਿਸ ਦੀ ਤੁਸੀਂ ਉਹਨੇ ਗੱਲ ਕੀਤੀ ਸੀ ਕੰਨਾਂ ਚ ਸ਼ਾਂਸ਼ਾਂ ਵਾਲੀ, ਜਿਹੜਾ ਕੁਐਸਚਨ ਤੁਹਾਡਾ ਰਹਿ ਗਿਆ ਵਾ, ਮੈਂ ਆਪਣੀ ਟੀਮ ਨੂੰ ਕਹਾਂਗਾ ਤੁਹਾਨੂੰ ਪੂਰਾ ਗਾਈਡ ਕਰਨਗੇ, ਬਿਲਵਾਦੀ ਤੇਲ ਇਸਤੇਮਾਲ ਕਰਨਾ ਹੈ, ਆਪਾਂ ਹੁਣੇ ਪ੍ਰੋਗਰਾਮ ਚ ਡਿਸਕਸ ਵੀ ਕੀਤਾ ਸੀ ਕਿਸ ਤਰ੍ਹਾਂ ਇਸਤੇਮਾਲ ਕਰਨਾ, ਮੇਰੀ ਟੀਮ ਤੋਂ ਦੱਸੇਗੀ ਔਰ ਟਿਨਾਈਟਿਸ ਚ ਤੁਹਾਨੂੰ ਨਾ ਲਾਭ ਮਿਲੇਗਾ। ਠੀਕ ਹੈ ਜੀ, ਹੈਲੋ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਨੇ ਰਹੋ ਜੀ। ਹਾਂਜੀ ਡਾਕਟਰ ਸਾਹਿਬ, ਜਗੀਰ ਪਹਿਲਾਂ ਤੁਹਾਨੂੰ ਮੁਬਾਰਕ ਬਰਥਡੇ ਦੀ, ਥੈਂਕ ਯੂ ਜੀ। ਤੇ ਹਾਂਜੀ, ਦੂਸਰਾ ਡਾਕਟਰ ਸਾਹਿਬ ਨੇ ਪੁੱਛਿਓ ਕਿ ਜਿਹੜੀ ਕੌਂਸਟੀਪੇਸ਼ਨ ਹੈਗੀ ਹੈ, ਇਹਦਾ ਦੱਸੋ ਕੋਈ ਇਲਾਜ, ਕੋਈ ਜਿਹੜਾ ਘਰੇਲੂ ਵੀ ਹੋਵੇ, ਜਿਹੜਾ ਘਰ ਚ ਜਿਹੜਾ ਚੀਜ਼ਾਂ ਪਈਆਂ ਉਹਨਾਂ ਹੋ ਜਾਵੇ, ਤੇ ਇਹਨਾਂ ਦੀ ਕੋਈ ਬ੍ਰਾਂਚ ਹੋਵੇ ਇੱਥੇ, ਕੋਈ ਹੈ ਇਹਨਾਂ ਦੀ ਬ੍ਰਾਂਚ ਜਿੱਥੇ ਇਹਨਾਂ ਨਾਲ ਦਵਾਈ ਜਾਂ ਜਿਹੜੀ ਚੀਜ਼ ਨਹੀਂ ਮਿਲੀ ਲਈ ਜਾਵੇ? ਨਿਊਯਾਰਕ ਹੈਗੀ ਹੈ, ਨਿਊਯਾਰਕ ਤੇ ਕੈਲੀਫੋਰਨੀਆ ਬੇ ਏਰੀਆ ਚ ਜੀ। ਇਸਬਗੋਲ ਘਰ ਚ ਬੜੀ ਰਾਮਲ ਆਪਾਂ ਇਸਤੇਮਾਲ ਕਰ ਸਕਦੇ ਹਾਂ, ਦਵਾਈ ਦੀ ਲੋੜ ਨਹੀਂ ਹੈ। ਇਸਬਗੋਲ ਅਗਰ ਆਪਾਂ 10 ਗ੍ਰਾਮ ਰੋਜ਼ ਦਾ ਖਾਈਏ ਕੌਂਸਟੀਪੇਸ਼ਨ ਨੂੰ ਠੀਕ ਕਰਦਾ। ਤ੍ਰਿਫਲਾ, ਆਂਵਲਾ, ਹਰੜ, ਬੇੜਾ, ਇਹਨੂੰ ਆਪਾਂ ਘਰ ਦੀ ਚੀਜ਼ ਹੀ ਕਹਿ ਸਕਦੇ ਹਾਂ, ਬਜਾਏ ਕਿ ਆਪਾਂ ਕੋਈ ਦਵਾਈ ਦੀ ਆਦਤ ਪਾਈਏ, ਆਪਾਂ ਤ੍ਰਿਫਲਾ ਲੈ ਸਕਦੇ ਹਾਂ। ਪਾਣੀ ਵੱਧ ਤੋਂ ਵੱਧ ਪੀਓ, ਜੇ ਆਪਾਂ ਪਾਣੀ ਖੁੱਲਾ ਪੀ ਲਈਏ ਤੇ ਕੌਂਸਟੀਪੇਸ਼ਨ ਵੈਸੇ ਹੀ ਨਹੀਂ ਹੋਏਗੀ। ਆਪਣੇ ਪਾਣੀ ਨੂੰ ਡਬਲ ਕਰ ਦਿਓ ਜਿੰਨਾ ਪਾਣੀ ਤੁਸੀਂ ਲੈ ਰਹੇ ਹੋ, ਔਰ ਕੱਚੀਆਂ ਚੀਜ਼ਾਂ ਸਲਾਦ ਦੇ ਤੌਰ ਤੇ, ਭਾਵੇਂ ਕੱਚੀ ਗਾਜਰ, ਆਪਾਂ ਆਮ ਤੌਰ ਤੇ ਪੱਕੀਆਂ ਸਬਜ਼ੀਆਂ ਤੇ ਖਾਂਦੇ ਹਾਂ, ਲੇਕਿਨ ਸਲਾਦ 'ਚ ਥੋੜਾ ਜਿਹਾ ਪਿਆਜ਼ ਕੱਟ ਲਿਆ ਜਾਂ ਥੋੜੀ ਜਿਹੀ ਮੂਲੀ ਰੱਖ ਲਈ। ਜ਼ਰੂਰਤ ਹੈ ਸਲਾਦ ਦੇ ਅੰਦਰ ਸਬਜ਼ੀਆਂ ਨੂੰ ਬਿਨਾਂ ਪਕਾਏ ਲੈਣ ਦੀ, ਜਿਹੜੀਆਂ ਸਬਜ਼ੀਆਂ ਆਪਾਂ ਪਕਾ ਕੇ ਖਾ ਰਹੇ ਹਾਂ ਉਹੀ ਸਬਜ਼ੀਆਂ ਬਿਨਾਂ ਪਕਾਏ ਖਾਓ ਸਲਾਦ ਦੇ ਅੰਦਰ, ਤੁਸੀਂ ਦੇਖੋ ਕੌਂਸਟੀਪੇਸ਼ਨ ਆਪੇ ਠੀਕ ਹੋ ਜਾਏਗੀ ਜੀ। ਅਤੇ ਇਹ ਆਪਾਂ ਡਿਸਕਸ ਕੀਤਾ ਵੀ ਸੀ ਪਹਿਲਾਂ, ਅਤੇ ਫਿਰ ਵੀ ਡਾਕਟਰ ਸਾਹਿਬ ਤੁਸੀਂ ਜ਼ਰੂਰ ਇਹਨਾਂ ਨੂੰ ਦੱਸ ਦਿਓ ਸਾਰਿਆਂ ਨੂੰ। ਅਤੇ ਆਪਾਂ ਹੁਣ ਵੈਸੇ ਬ੍ਰੇਕ ਇੱਕ ਹੁੰਦੀ, ਬ੍ਰੇਕ ਹੁਣ ਨਹੀਂ ਲੈਂਦੇ, ਆਪਾਂ ਇੱਕ ਅੱਧਾ ਮਿੰਟ ਹੋਰ ਗੱਲ ਕਰਕੇ ਅਤੇ ਪ੍ਰੋਗਰਾਮ ਦੀ ਸਮਾਪਤੀ ਇਹ ਕਰਾਂਗੇ। ਅਤੇ ਜਿਹੜੀ ਅਸੀਂ ਗੱਲ ਕੀਤੀ ਇੱਥੇ ਕੈਲੀਫੋਰਨੀਆ ਦੇ ਵਿੱਚ ਜਾਂ ਜਿਹੜੀ ਇਹ ਤੁਸੀਂ ਕਿਸੇ ਵੀ ਚੀਜ਼ ਦੀ ਗੱਲ ਕਰਦੇ ਹੋ, ਕਈ ਜਗ੍ਹਾ ਅਵੇਲੇਬਲ ਨਹੀਂ ਹੁੰਦੀਆਂ ਇਹ? ਕੋਈ ਵੀ ਚੀਜ਼ ਅੱਗੇ ਜੀ ਨਹੀਂ ਮਿਲਦੀ ਹੈ। ਅਗਰ ਸਾਡਾ ਜਿਹੜਾ ਨਿਊਯਾਰਕ ਸੈਂਟਰ ਹੈ ਉੱਥੇ ਤੇ ਵੈਦ ਰਾਜੀਵ ਸੇਠੀ, ਵੈਦ ਸੁਲਕਸ਼ਨਾ ਸੇਠੀ ਦੋਨੋਂ ਅਵੇਲੇਬਲ ਨੇ। ਕੋਈ ਵੀ ਚੀਜ਼, ਦੇਖੋ ਮਕਸਦ ਇਹ ਨਹੀਂ ਹੈ ਕਿ ਵੀ ਆਪਾਂ ਕੋਈ ਆਪਣੀ ਕੰਪਨੀ ਦੀ ਦਵਾਈ ਹੀ ਦੇਣੀ ਹੈ। ਅਗਰ ਕੋਈ ਵੀ ਬੰਦਾ ਆਯੁਰਵੇਦ ਨਾਲ ਜੁੜਨਾ ਚਾਹੁੰਦਾ ਵਾ, ਉਹਨੂੰ ਕੋਈ ਹਰਬ ਚਾਹੀਦੀ ਹੈ, ਕੋਈ ਐਸੀ ਚੀਜ਼ ਵੀ ਚਾਹੀਦੀ, ਕਿਉਂਕਿ ਦੇਖੋ ਸਾਰੀਆਂ ਚੀਜ਼ਾਂ ਹਰ ਵੇਲੇ ਯੂਐਸਏ ਵਾਲੇ ਸੈਂਟਰ ਤੇ ਸਾਡੇ ਅਵੇਲੇਬਲ ਹੋਣ, ਉਹ ਪੋਸੀਬਲ ਨਹੀਂ ਹੈ। ਯੂਐਸਏ ਗਵਰਨਮੈਂਟ ਚੀਜ਼ਾਂ ਰੱਖਣ ਦਿੰਦੀ ਹੈ, ਕੁਛ ਆਪਾਂ ਨਹੀਂ ਰੱਖ ਪਾਉਂਦੇ ਹਾਂ। ਬਿਲਕੁਲ, ਹੋਰ ਕੋਈ ਵੀ ਚੀਜ਼ ਚਾਹੀਦੀ ਹੈ ਇੰਡੀਆ ਤੋਂ ਵੀ ਆਪਾਂ ਭੇਜਾਂਗੇ ਜੀ, ਔਰ ਮਕਸਦ ਇਹ ਵਾ ਕਿ ਚੀਜ਼ ਪਹੁੰਚੇ ਤੁਹਾਡੇ ਕੋਲ, ਤੁਸੀਂ ਆਯੁਰਵੇਦ ਨਾਲ ਜੁੜ ਸਕੋ, ਜਿਹੜੀਆਂ ਨੋਰਮਲ ਕੈਮੀਕਲ ਵਾਲੀ ਦਵਾਈਆਂ ਵਾ ਇਹਨਾਂ ਨੂੰ ਛੱਡ ਸਕੋ। ਔਰ ਬਹੁਤ ਚੀਜ਼ਾਂ ਤੇ ਘਰੋਂ ਕਿਚਨ 'ਚ ਹੀ ਠੀਕ ਹੋ ਜਾਂਦੀਆਂ ਹੁੰਦੀਆਂ ਨੇ, ਬਟ ਜ਼ਰੂਰਤ ਕੀ ਹੁੰਦੀ ਹੈ ਕਿ ਸੰਪਰਕ ਪ੍ਰੋਪਰ ਹੋ ਜਾਵੇ। ਔਰ ਇਹ ਕਰਕੇ ਅਗਰ ਤੁਹਾਨੂੰ ਕਦੀ ਲੱਗਦਾ ਵਾ ਕਿ ਤੁਸੀਂ ਕਾਲ ਕੀਤੀ ਔਨ ਦਾ ਸਪੋਟ, ਕਾਲ 'ਚ ਆਨਸਰ ਨਹੀਂ ਹੋਇਆ, ਤੁਸੀਂ ਜਿਹੜਾ ਨੰਬਰ ਹੈ ਉਹਦੇ ਤੇ ਤੁਸੀਂ ਵੌਇਸ ਮੈਸੇਜ ਛੱਡ ਦਿਓ, ਵਟਸਐਪ ਛੱਡ ਦਿਓ। ਵੈਸੇ ਤੇ ਆਪਾਂ 24/7 ਆ, ਬਟ ਕਈ ਵਾਰੀ ਨੰਬਰ ਆਫ ਕਾਲ ਸਾਈਮਲਟੇਨੀਅਸਲੀ ਬਹੁਤ ਆ ਰਹੀਆਂ ਹੁੰਦੀਆਂ ਨੇ ਤੇ ਕੋਈ ਕਾਲ ਉਹਦੇ ਚੋਂ ਡ੍ਰੌਪ ਹੋ ਸਕਦੀ ਹੈ ਜੀ। ਡਾਕਟਰ ਸਾਹਿਬ, ਅਖੀਰ ਦੇ ਵਿੱਚ ਇਹ ਗੱਲ ਕਰਦੇ ਆਪਾਂ ਵੀ, ਜਿੱਥੇ ਜਿਹੜੀ ਇੱਧਰ ਜਿਹੜੀਆਂ ਬੂਟੀਆਂ ਆਉਂਦੀਆਂ ਨੇ ਪੈਕਡ, ਜਿਹੜੀ ਖਾਸ ਤੌਰ 'ਤੇ ਪੀਸੀਆਂ ਹੋਈਆਂ ਜਿਵੇਂ ਤ੍ਰਿਫਲੇ ਦੀ ਗੱਲ ਕਰਦੇ ਹਾਂ, ਅਤੇ ਇਹ ਵਿਸ਼ਵਾਸ ਕਰ ਸਕਦੇ ਆ ਜੀ? ਬਹੁਤ ਸਾਰੀ ਪਾਕਿਸਤਾਨ ਤੋਂ, ਭਾਰਤ ਤੋਂ, ਬੰਗਲਾਦੇਸ਼ ਵਗੈਰਾ ਤੋਂ ਇੱਧਰ ਆਉਂਦੀਆਂ ਨੇ, ਅਤੇ ਉਹਦੇ 'ਤੇ ਵਿਸ਼ਵਾਸ ਕਰ ਸਕਦੇ ਕਿਸੇ 'ਤੇ ਵੀ, ਜਾਂ ਇਹ ਟੈਸਟਡ ਹੁੰਦੀਆਂ ਨੇ ਜੋ ਇੱਧਰ ਆਉਂਦੀਆਂ ਨੇ? ਦੇਖੋ, ਹਰਬਸ ਦੇ ਉੱਪਰ ਵਿਸ਼ਵਾਸ ਜ਼ਰੂਰ ਕੀਤਾ ਜਾ ਸਕਦਾ, ਲੇਕਿਨ ਹਰਬਸ ਦੀ ਜਿਹੜੀ ਮਿਆਦ ਹੈ ਉਹ ਕਰੀਬਨ 6 ਮਹੀਨੇ ਹੈ। ਆਪਾਂ ਜਦੋਂ ਵੀ ਜੜੀ ਬੂਟੀ ਲਈਏ, ਜੜੀ ਬੂਟੀ ਦੇ ਉੱਪਰ ਕਈ ਵਾਰੀ 2-2, 3-3 ਸਾਲ ਦੀ ਐਕਸਪਾਇਰੀ ਕੰਪਨੀਆਂ ਲਿਖ ਦਿੰਦੀਆਂ ਨੇ, ਨੁਕਸਾਨ ਬੂਟੀ ਕਦੀ ਨਹੀਂ ਕਰੇਗੀ। ਲੇਕਿਨ ਅਗਰ ਤੁਸੀਂ ਜੜੀ ਬੂਟੀ ਦਾ ਮੈਕਸੀਮਮ ਫਾਇਦਾ ਚੁੱਕਣਾ ਚਾਹੁੰਦੇ ਹੋ, ਉਹ ਪਹਿਲੇ 6 ਮਹੀਨਿਆਂ 'ਚ ਹੈ। ਕੋਸ਼ਿਸ਼ ਕਰੋ ਕਿ ਜਦੋਂ ਸਟੋਰ 'ਚ ਜਾਈਏ, ਜਿਹੜੀ ਕੰਪੈਰੇਟਿਵਲੀ ਨਵੀਂ ਪੈਕਿੰਗ ਹੈ ਨਾ ਜੜੀ ਬੂਟੀ ਦੀ, ਤੁਸੀਂ ਉਹਨੂੰ ਪ੍ਰੈਫਰ ਕਰੋ। ਔਰ ਅਗਰ ਤੁਹਾਨੂੰ ਜੜੀ ਬੂਟੀ ਜਿਹੜੀ ਹੈ ਰੋ ਫਾਰਮ 'ਚ ਮਿਲ ਸਕੇ, ਹੁਣ ਮੰਨ ਲਓ ਮੈਂ ਦਾਲਚੀਨੀ ਲੈਣ ਗਿਆ ਵਾਂ, ਤੇ ਮੇਰੇ ਕੋਲ ਦਾਲਚੀਨੀ ਦਾ ਪਾਊਡਰ ਵੀ ਅਵੇਲੇਬਲ ਹੋ ਸਕਦਾ ਸਟੋਰ 'ਚੋਂ, ਔਰ ਦਾਲਚੀਨੀ ਦੀ ਜਿਹੜੀਆਂ ਟਹਿਣੀਆਂ ਨੇ ਜਿਹੜੀ ਉਹ ਛਾਲ ਔਲੇ ਹਰਣਾ ਬਿਹੜੇ ਘਰੇ ਲਈ ਆ ਸਕਦੇ ਆ। ਤੇ ਆਪਾਂ ਕੋਸ਼ਿਸ਼ ਕਰਨਾ ਹੈ ਕਿ ਛਾਲ ਲਿਆ ਕੇ ਆਪ ਗ੍ਰਾਈਂਡ ਕਰੀਏ, ਨਾਰਮਲ ਛੋਟੇ ਗ੍ਰਾਈਂਡਰ 'ਚ ਜਿਹੜੀ ਚੀਜ਼ ਗ੍ਰਾਈਂਡ ਹੋਣ ਵਾਲੀ ਹੈ, ਜਿੱਥੇ ਪੋਸੀਬਲ ਹੈ ਗ੍ਰਾਈਂਡ ਕਰਨਾ ਉਹ ਆਪਾਂ ਆਪ ਗ੍ਰਾਈਂਡ ਕਰੀਏ, ਕਿਉਂਕਿ ਗ੍ਰਾਈਂਡ ਹੋਣ ਤੋਂ ਬਾਅਦ 'ਚੋਂ ਉਹਦਾ ਅਸਰ ਜਿਹੜਾ ਵਾ ਲੰਬੇ ਸਮੇਂ ਵਾਸਤੇ ਰੱਖਿਆ ਜਾਵੇ ਤਾਂ ਕਾਫੀ ਘੱਟ ਜਾਂਦਾ ਵਾ ਜੜੀ ਬੂਟੀ ਜੀ। ਡਾਕਟਰ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ। ਅਗਲੇ ਮੰਗਲਵਾਰ ਜਾਂ ਉਸ ਤੋਂ ਅਗਲੇ ਜ਼ਰੂਰ ਫਿਰ ਗੱਲਬਾਤ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਜੀ।
ਡਾਕਟਰ ਨਵਦੀਪ ਸ਼ਰਮਾ ਜੀ ਸਾਡੇ ਨਾਲ ਜੁੜਦੇ ਨੇ ਔਰ ਉਹਨਾਂ ਦੀਆਂ ਗੱਲਾਂ ਬਾਤਾਂ ਦਾ ਲਾਹਾ ਵੀ ਲੈਂਦੇ ਹਾਂ ਆਪਾਂ ਸਾਰੇ ਇਸੇ ਕਿਉਂਕਿ ਸਿਹਤ ਜਿਹੜੀ ਆ ਉਹ ਸਭ ਤੋਂ ਪਹਿਲਾਂ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ। ਕੋਈ ਵੀ ਸਲਾਹ ਮਸ਼ਵਰਾ ਲੈਣਾ ਹੋਵੇ ਨੰਬਰ ਜਿਹੜਾ ਹੈਗਾ ਸਕਰੀਨ 'ਤੇ ਆ ਰਿਹਾ ਸੀ ਨੋਟ ਕਰ ਸਕਦੇ ਹੋ ਜਾਂ ਸਾਡੇ ਕੋਲੋਂ ਵੀ ਲੈ ਸਕਦੇ ਹੋ ਸਾਡੇ ਦਫ਼ਤਰ ਦੇ ਵਿੱਚੋਂ ਮੇਰੇ ਕੋਲ ਵੀ ਲੈ ਸਕਦੇ ਹੋ। ਉਮੀਦ ਕਰਦਾ ਇਹਦੀ ਜਾਣਕਾਰੀ ਵਧੀਆ ਲੱਗੀ ਹੋਗੀ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ।